ਸੋ ਸੰਗਤ ਜੀ ਅੱਜ ਦੇ ਇਸ ਪਾਵਨ ਦਿਹਾੜੇ ਦੀ ਆਪ ਜੀ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ। ਆਪਾਂ ਸ਼੍ਰੀ ਅਖੰਡ ਸਾਹਿਬ ਜੀ ਦੇ ਭੋਗ ਸਰਵਣ ਕੀਤੇ ਔਰ ਉਪਰੰਤ ਅਰਦਾਸ ਅਤੇ ਸਿੰਘ ਸਾਹਿਬਾਨ ਪਾਸੋਂ ਅੱਜ ਦੇ ਮਹਾਨ ਦਿਹਾੜੇ ਦਾ ਇਤਿਹਾਸ ਵੀ ਸਰਵਣ ਕੀਤਾ। ਸੋ ਹੁਣ ਅੱਜ ਜੋ ਸਿੱਖ ਵਾਤਾਵਰਨ ਦਿਵਸ ਮਨਾਇਆ ਜਾ ਰਿਹਾ ਉਸ ਦੇ ਸੰਬੰਧ ਵਿੱਚ ਸਿੰਘ ਸਾਹਿਬ ਨੌਲੱਖਾ ਬਾਗ ਜੋ ਕਿ ਗੁਰੂ ਕਾ ਬਾਗ ਛੇਵੀਂ ਪਾਤਸ਼ਾਹੀ ਸੱਤਵੀਂ ਪਾਤਸ਼ਾਹੀ ਉਹਨਾਂ ਦੇ ਬਖਸ਼ਿਸ਼ ਦਾ ਇਹ ਪਾਵਨ ਅਸਥਾਨ ਉੱਥੇ ਅੱਜ ਬੂਟੇ ਲਾਉਣ ਦੀ ਜੋ ਇੱਕ ਰਸਮ ਅਦਾ ਕਰਨ ਲਈ ਪਹੁੰਚ ਚੁੱਕੇ ਨੇ। ਸੋ ਅੱਜ ਦਾ ਇਹ ਸਾਰਾ ਹਾਲ ਅਸੀਂ ਆਪ ਸਿੱਖ ਸੰਗਤਾਂ ਦੇ ਨਾਲ ਸਾਂਝਾ ਕਰਨਾ। ਸੋ ਸਿੰਘ ਸਾਹਿਬ ਦੀਆਂ ਇੱਥੇ ਪਹੁੰਚਣ 'ਤੇ ਅਸੀਂ ਜੀ ਐਂ ਵੀ ਆਖਦੇ ਹਾਂ ਅਤੇ ਅੱਜ ਦਾ ਇਹ ਸਾਰਾ ਹਾਲ ਅਸੀਂ ਆਪ ਸੰਗਤਾਂ ਦੇ ਨਾਲ ਸਾਂਝਾ ਕਰਨਾ। ਸਿੰਘ ਸਾਹਿਬ ਜੀ ਨੂੰ ਬੇਨਤੀ ਕਰਾਂਗੇ ਕਿ ਅੱਜ ਜੋ ਇਹ ਪ੍ਰੋਗਰਾਮ ਹੋ ਰਿਹਾ ਉਸ ਸੰਬੰਧੀ ਸੰਖੇਪ ਵਿੱਚ ਸੰਗਤਾਂ ਨੂੰ ਜਾਣਕਾਰੀ ਦੇਣ ਜੀ। ਕੱਲੇ ਪੌਦੇ ਲਵਾਉਣ ਦੇ ਸੰਬੰਧ 'ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਨੌਲੱਖਾ ਬਾਗ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਦਾ, ਜਿੱਥੇ ਸਤਿਗੁਰੂ ਨੇ ਆਪਣੇ ਕਰ ਕਮਲਾਂ ਦੇ ਨਾਲ ਉਸ ਵੇਲੇ ਇੱਥੇ ਬਹੁਤ ਬੜਮੁੱਲੇ ਕੀਮਤੀ ਤੋਂ ਕੀਮਤੀ ਪੌਦੇ ਰੁੱਖ ਹਜ਼ੂਰ ਨੇ ਲਗਾਏ। ਆਪਣੇ ਮੁਬਾਰਕ ਚਰਨ ਪਾ ਕੇ ਸਤਿਗੁਰੂ ਇਸ ਨੂੰ ਆਪਣੀਆਂ ਬਖਸ਼ਿਸ਼ਾਂ ਦੇ ਨਾਲ ਬਾਗ ਨੂੰ ਨਿਵਾਜਦੇ ਰਹੇ ਹਨ। ਅੱਜ ਉਸ ਸਤਿਗੁਰੂ ਸੱਤਵ ਪਾਤਸ਼ਾਹ ਸ਼੍ਰੀ ਗੁਰੂ ਹਰਿ ਰਾਏ ਜੀ ਦਾ ਗੁਰਿਆਈ ਗੱਦੀ ਗੁਰਪੁਰਬ ਹੈ। ਉਸ ਖੁਸ਼ੀ ਦੇ ਅੰਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਸਮੁੱਚੇ ਸਹਿਯੋਗ ਦੇ ਨਾਲ ਸਰਦਾਰ ਮਨਜੀਤ ਸਿੰਘ ਜੀ ਸ਼੍ਰੀ ਗੰਗਾ ਨਰਸਰੀ ਵਾਲੇ ਜਿੱਥੇ ਇਸ ਬਾਗ ਦੀ ਸਾਰੀ ਦੇਖ ਰੇਖ ਕਰ ਰਹੇ ਨੇ, ਉੱਥੇ ਇਸ ਬਾਗ ਦੇ ਵਿੱਚ ਅੱਜ ਹੋਰ ਪ੍ਰਦੂਸ਼ਣ ਰਹਿਤ ਕਰਨ ਵਾਸਤੇ ਜੋ ਵਾਤਾਵਰਨ ਸ਼ੁੱਧ ਰੱਖਣ ਲਈ ਇੱਥੇ ਅੱਜ ਰੁੱਖ ਲਗਾਏ ਜਾ ਰਹੇ ਨੇ। ਦਾਸ ਦੀ ਸੁਨਿਮਰ ਬੇਨਤੀ ਹੈ, ਅਪੀਲ ਹੈ ਗੁਰੂ ਨਾਨਕ ਨਾਮ ਲੇਵਾ ਸਾਰੇ ਗੁਰਸਿੱਖਾਂ ਨੂੰ, ਅੱਜ ਲੋੜ ਹੈ ਸਾਨੂੰ ਹਰ ਘਰ ਦੇ ਅੰਦਰ, ਹਰ ਆਪਣੇ ਖੇਤਾਂ ਦੇ ਅੰਦਰ, ਹਰ ਥਾਵਾਂ ਦੇ ਅੰਦਰ ਉਹ ਰੁੱਖ ਲਗਾਵਣ ਦੀ, ਤਾਂ ਕਿ ਜਿਹੜਾ ਵਾਤਾਵਰਨ ਆ ਉਹ ਸ਼ੁੱਧ ਕੀਤਾ ਜਾਵੇ। ਪੁਰਾਤਨ ਸਮੇਂ ਦੇ ਅੰਦਰ ਜਿਵੇਂ ਬਹੁਤ ਵੱਡੇ ਵੱਡੇ ਰੁੱਖ ਹੁੰਦੇ ਸਨ, ਉਹਨਾਂ ਰੁੱਖਾਂ ਦੀ ਛਾਇਆ ਥੱਲੇ ਬੈਠ ਕੇ ਆਨੰਦ ਮਾਣੇ ਜਾਂਦੇ ਸਨ, ਅੱਜ ਉਹ ਛਾਇਆ ਤੋਂ ਅਸੀਂ ਵਿਰਵੇ ਹੋ ਗਏ ਹਾਂ। ਅੱਜ ਘਰਾਂ ਦੇ ਅੰਦਰ ਏਸ਼ੀ, ਘਰਾਂ ਦੇ ਅੰਦਰ ਪੱਖਿਆਂ ਦੇ ਸੁੱਖ ਲੈਣ ਦੇ ਵਿੱਚ ਹੀ ਘਿਰ ਗਏ ਹਾਂ, ਤਾਂ ਹੀ ਸਾਡੇ ਸਰੀਰ ਵੀ ਰੋਗ ਗ੍ਰਸਤ ਹੋ ਰਹੇ ਹਨ। ਤਾਂ ਕਿ ਸਤਿਗੁਰੂ ਕਿਰਪਾ ਕਰਨ ਆਉਣ ਵਾਲੇ ਸਮੇਂ ਦੇ ਅੰਦਰ ਪੁਰਾਤਨ ਸਮੇਂ ਮੁਤਾਬਕ ਹੀ ਅਸੀਂ ਚੰਗੇ ਚੰਗੇ ਰੁੱਖ ਲੱਗੇ ਹੋਏ ਹੋਣ, ਉਹਨਾਂ ਦੀ ਛਾਇਆ ਦਾ ਜਿੱਥੇ ਆਨੰਦ ਮਾਣਨਾ ਹੈ ਉੱਥੇ ਵਾਤਾਵਰਨ ਵੀ ਸ਼ੁੱਧ ਹੋਵੇ, ਜਿਹੜੇ ਸਰੀਰ ਸਾਡੇ ਰੋਗ ਗ੍ਰਸਤ ਹੋ ਰਹੇ ਨੇ ਉਹ ਰੋਗ ਰਹਿਤ ਹੋ ਕਰਕੇ ਗੁਰੂ ਪਾਤਸ਼ਾਹ ਦੇ ਸਨਮੁਖਾ ਹੋ ਕਰਕੇ ਬਾਣੇ ਬਾਣੀ ਦੀ ਧਾਰਨੀ ਬਣ ਕਰਕੇ ਸਭ ਦਾ ਭਲਾ ਮਨਾਉਂਦੇ ਹੋਏ ਆਪਣਾ ਆਪ ਜਿੱਥੇ ਸਵਾਰਨਾ ਉੱਥੇ ਹੋਰਾਂ ਦਾ ਵੀ ਜੀਵਨ ਸਫਲਾ ਕਰਨ ਲਈ ਪ੍ਰੇਰਨਾ ਕਰਕੇ ਗੁਰੂ ਨਾਲ ਜੋੜੀਏ। ਦਾਸ ਗੁਰੂ ਹਰਿ ਰਾਏ ਸਾਹਿਬ ਜੀ ਦੇ ਗੁਰਿਆਈ ਗੱਦੀ ਗੁਰਪੁਰਬ ਦੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹੈ। ਇਹਨਾਂ ਕੁ ਕੁਝ ਕਹਿੰਦਾ ਦਾਸ ਖੇਵਾਂ ਦਾ ਜਾਚਕ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਧਰਤੀ 'ਤੇ ਹੋਲਾ ਮਹੱਲਾ ਮਨਾਇਆ ਜਾ ਰਿਹਾ ਹੈ। ਸਾਰੀਆਂ ਸੰਗਤਾਂ ਨੂੰ ਅਪੀਲ ਹੈ ਭਾਈ ਭਾਵਨਾ ਨਾਲ ਸ਼ਰਧਾ ਨਾਲ ਤਖ਼ਤ ਸਾਹਿਬ ਦੇ ਦਰਸ਼ਨ ਕਰੋ, ਹੋਲੇ ਮਹੱਲੇ ਦੇ ਕੌਮੀ ਤਿਉਹਾਰ ਵਿੱਚ ਸ਼ਾਮਲ ਹੋ ਕੇ ਕਲੰਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਜੀ, ਇਹ ਸਾਰਾ ਹਾਲ ਜਿਹੜਾ ਆਪਾਂ ਆਪ ਜੀ ਦੇ ਨਾਲ ਸਾਂਝਾ ਕਰ ਰਹੇ, ਸਿੰਘ ਸਾਹਿਬਾਨ ਨੇ ਬੜੇ ਹੀ ਵਿਸਥਾਰ ਸਹਿਤ ਆਪਾਂ ਨੂੰ ਸਾਰੀ ਜਾਣਕਾਰੀ ਦਿੱਤੀ ਹੈ। ਇਹ ਨੌਲੱਖਾ ਬਾਗ ਇਹ ਗੁਰੂ ਹਰਿ ਰਾਏ ਸਾਹਿਬ ਜੀ ਦਾ ਉਹੀ ਬਾਗ ਹੈ ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਮੇਂ ਦੇ ਵਿੱਚ ਐਸੀਆਂ ਔਸ਼ਧੀਆਂ ਉਗਾਈਆਂ ਸਨ ਕਿ ਜਿਨ੍ਹਾਂ ਦੀ ਲੋੜ ਪੈਣ ਦੇ ਉੱਤੇ ਦਾਰਾ ਸ਼ਿਕੋ ਵਰਗੇ ਰਾਜਕੁਮਾਰ ਨੂੰ ਵੀ ਇੱਥੋਂ ਲਾਭ ਪਹੁੰਚਿਆ ਸੀ। ਇੱਥੋਂ ਦੀਆਂ ਹਰੜਾਂ ਅਤੇ ਲੌਂਗ ਜਿਹੜੇ ਨੇ ਉਹਨਾਂ ਦੀ ਵੀ ਤਸੀਰ ਐਸੀ ਸੀ ਕਿ ਉਹਦੇ ਨਾਲ ਉਹ ਸ਼ਹਿਜ਼ਾਦਾ ਠੀਕ ਹੋਇਆ ਸੀ। ਸੋ ਇੱਥੋਂ ਦਾ ਸਾਰਾ ਹਾਲ ਅਸੀਂ ਆਪ ਸਭ ਸੰਗਤਾਂ ਦੇ ਨਾਲ ਅੱਜ ਸਾਂਝਾ ਕਰ। ਸੋ ਧੰਨ ਧੰਨ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੀ ਗੁਰਤਾਰ ਦਿਵਸ ਦੇ ਸੰਬੰਧ ਵਿੱਚ ਅੱਜ 14 ਮਾਰਚ ਨੂੰ ਸਿੱਖ ਵਾਤਾਵਰਨ ਦਿਵਸ ਜੋ ਕਿ ਮਨਾਇਆ ਜਾ ਰਿਹਾ, ਇੱਕ ਰੁੱਖ 100 ਸੁੱਖ, ਇੱਕ ਮੁਲਕ ਲਾਵੇ 100 ਰੁੱਖ। ਸੋ ਐਸੇ ਸੰਦੇਸ਼ ਜਿਹੜੇ ਇਸ ਬੈਨਰ ਦੇ ਰਾਹੀਂ ਦਿੱਤੇ ਜਾ ਰਹੇ ਨੇ, ਸਿੰਘ ਸਾਹਿਬ
ਗਿਆਨੀ ਮਾਲ ਸਿੰਘ ਜੀ, ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਹੋਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਜੋ ਸਾਰੇ ਇਸ ਵਕਤ ਇੱਥੇ ਹਾਜ਼ਰ ਨੇ। ਇਹ ਪਾਵਨ ਅਸਥਾਨ ਨੌਲੱਖਾ ਬਾਗ, ਜਿਸਨੂੰ ਕਿ ਕੀਰਤਪੁਰ ਸਾਹਿਬ ਦਾ ਗੁਰੂ ਕਾ ਬਾਗ ਵੀ ਕਿਹਾ ਜਾਂਦਾ ਹੈ, ਉੱਥੇ ਇਹ ਸਾਰਾ ਅੱਜ ਦੀ ਮੁਹਿੰਮ ਦੀ ਸ਼ੁਰੂਆਤ ਹੋ ਰਹੀ ਹੈ। ਸੋ ਦਾਲਚੀਨੀ ਦੇ ਬਾਗ ਲਗਾਉਣ ਦੀ ਇਹ ਆਰੰਭਤਾ ਹੋ ਰਹੀ ਹੈ ਸਿੰਘ ਸਾਹਿਬਾਨ, ਅਤੇ ਇਸ ਵਕਤ ਇਹ ਦਾਲਚੀਨੀ ਦਾ ਬਾਗ ਉਸਦਾ ਪਹਿਲਾ ਬੂਟਾ ਇੱਥੇ ਲਗਾਇਆ ਜਾ ਰਿਹਾ। ਦਾਲਚੀਨੀ ਬਾਰੇ ਜਿਵੇਂ ਕਿ ਆਮ ਸੰਗਤਾਂ ਜਾਣਦੀਆਂ ਨੇ ਕਿ ਇੱਕ ਮੈਡੀਸਨਲ ਪਲਾਂਟ ਹੈ, ਅਤੇ ਖਾਸ ਤੌਰ 'ਤੇ ਆਮ ਆਪਣੇ ਘਰਾਂ ਦੇ ਵਿੱਚ ਇਸਦਾ ਇਸਤੇਮਾਲ ਕੀਤਾ ਜਾਂਦਾ ਹੈ। ਚਾਹ ਬਣਾਉਣ ਦੇ ਦੌਰਾਨ ਵੀ ਇਸਦਾ ਇਸਤੇਮਾਲ ਕੀਤਾ ਜਾਂਦਾ, ਅਤੇ ਇੱਥੋਂ ਦੀ ਦਾਲਚੀਨੀ ਗੁਰੂ ਘਰਾਂ ਦੇ ਵਿੱਚ ਲੰਗਰ ਦੇ ਦੌਰਾਨ ਚਾਹ ਤਿਆਰ ਕਰਨ ਵਾਸਤੇ ਵਰਤੀ ਜਾਏਗੀ। ਸੋ ਇਹ ਇਤਿਹਾਸਿਕ ਪਲ ਨੇ ਜਿਨ੍ਹਾਂ ਦੀ ਸਾਂਝ ਅਸੀਂ ਸੰਗਤ ਟੀਵੀ ਦੇ ਜ਼ਰੀਏ ਆਪ ਸਭ ਸੰਗਤਾਂ ਦੇ ਨਾਲ ਪਾ ਰਹੇ ਹਾਂ। ਸੋ 40 ਬੂਟੇ ਇੱਥੇ ਦਾਲਚੀਨੀ ਦੇ ਲਗਾਏ ਜਾਣੇ ਨੇ। ਇਸ ਵਕਤ ਅਸੀਂ ਇੱਥੇ ਦੇਖ ਰਹੇ ਹਾਂ ਵਿਕਟੋਰੀਆ ਫਿਨਲੇ, ਜੋ ਕਿ ਡਾਇਰੈਕਟਰ ਆਫ ਕਮਿਊਨੀਕੇਸ਼ਨ ਨੇ ਅਲਾਇੰਸ ਫੋਰ ਆਫ ਰਿਲੀਜਨ ਐਂਡ ਕੰਜ਼ਰਵੇਸ਼ਨ, ਉਹ ਖਾਸ ਤੌਰ 'ਤੇ ਇੰਗਲੈਂਡ ਤੋਂ ਇੱਥੇ ਪਹੁੰਚੇ ਹੋਏ ਨੇ, ਅਤੇ ਰਵਨੀਤ ਸਿੰਘ ਜੋ ਕਿ ਈਕੋਸਿੱਖ ਦੇ ਇੰਡੀਆ ਦੇ ਇੰਚਾਰਜ ਨੇ, ਉਹ ਵੀ ਇੱਥੇ ਪਹੁੰਚੇ ਹੋਏ ਨੇ। ਸੋ ਇਹਨਾਂ ਦਾ ਵੀ ਬੜਾ ਵੱਡਾ ਯੋਗਦਾਨ ਇਸ ਮੁਹਿੰਮ ਨੂੰ ਅੱਗੇ ਲਿਜਾਉਣ ਵਾਸਤੇ। ਸੋ ਇਹ ਬਾਗ ਦਾਲਚੀਨੀ ਦਾ ਬਾਗ, ਸੋ ਵਿਕਟੋਰੀਆ ਫਿਨਲੇ ਜੋ ਕਿ ਖਾਸ ਤੌਰ 'ਤੇ ਇੰਗਲੈਂਡ ਤੋਂ ਇੱਥੇ ਪਹੁੰਚੇ, ਉਹ ਵੀ ਇੱਕ ਬੂਟਾ ਲਗਾ ਕੇ ਇਸ ਮੁਹਿੰਮ ਨੂੰ ਅੱਗੇ ਤੋਰ ਰਹੇ ਨੇ। ਸੋ ਗੁਰੂ ਘਰ ਦੀ ਇਸ ਸਾਂਝ ਨੂੰ ਹੋਰ ਅੱਗੇ ਲਿਜਾਇਆ ਜਾ ਰਿਹਾ, ਕਿਉਂਕਿ ਅਲਾਇੰਸ ਆਫ ਰਿਲੀਜਨਸ ਐਂਡ ਕੰਜ਼ਰਵੇਸ਼ਨ ਧਰਮ ਦੀ ਜੋ ਭਾਵਨਾ ਹੈ ਉਸ ਨੂੰ ਵਾਤਾਵਰਣ ਦੇ ਪ੍ਰੇਮ ਦੇ ਨਾਲ ਜੋੜਦੇ ਹੋਏ ਇਸ ਨੂੰ ਅੱਗੇ ਵਧਾਇਆ ਜਾ ਰਿਹਾ। ਸੋ ਇਹ ਇਤਿਹਾਸਿਕ ਪਲ, ਅੱਜ ਦਾ ਇਹ ਮਹਾਨ ਦਿਹਾੜਾ, ਸੱਤਵੇਂ ਪਾਤਸ਼ਾਹ ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਦਾ ਪਾਵਨ ਗੁਰਤਾਗਦੀ ਦਿਵਸ, ਜਿਨ੍ਹਾਂ ਦਾ ਵਾਤਾਵਰਣ ਦੇ ਪ੍ਰਤੀ, ਬਾਗਾਂ ਪ੍ਰਤੀ ਖਾਸ ਪਿਆਰ ਲਗਾਵ ਸੀ। ਸੋ ਉੱਥੇ ਬੂਟੇ ਸੋ ਇਹ ਕੌਮਾਂਤਰੀ ਪੱਧਰ ਦੇ ਉੱਤੇ ਇਹ ਬੂਟਾ ਲਗਾਏ ਜਾ ਰਹੇ ਨੇ, ਕਿਉਂਕਿ ਅਲਾਇੰਸ ਆਫ ਰਿਲੀਜਨਸ ਐਂਡ ਕੰਜ਼ਰਵੇਸ਼ਨ ਦੇ ਡਾਇਰੈਕਟਰ ਆਫ ਕਮਿਊਨੀਕੇਸ਼ਨ ਵਿਕਟੋਰੀਆ ਫਿਨਲੇ ਇੱਥੇ ਉਹਨਾਂ ਵੀ ਸ਼ਮੂਲੀਅਤ ਕੀਤੀ ਹੈ। ਸੋ ਇਹ ਬਹੁਤ ਸੋਹਣਾ ਬਾਗ ਇੱਥੇ ਆਉਂਦੇ ਸਮੇਂ ਦੇ ਵਿੱਚ ਸੰਗਤਾਂ ਵੇਖਣਗੀਆਂ। ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ, ਉਹ ਵੀ ਆਪਣੇ ਘਰ ਕਮਲਾਂ ਦੇ ਨਾਲ ਇਹ ਪੌਦਾ ਲਗਾ ਰਹੇ ਨੇ। ਸੋ ਬਹੁਤ ਹੀ ਪੰਥ ਦੀਆਂ ਅਜ਼ੀਮ ਸ਼ਖਸੀਅਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਸਾਹਿਬਾਨ, ਸਕੱਤਰ ਸਾਹਿਬਾਨ ਸਾਰੇ ਇਸ ਮੌਕੇ ਆਪਣੀ ਹਾਜ਼ਰੀ ਲਗਵਾ ਰਹੇ ਨੇ। ਸੋ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ, ਇਤਿਹਾਸਿਕ ਗੁਰਸਥਾਨ, ਉੱਥੋਂ ਦੇ ਹੈੱਡ ਗ੍ਰੰਥੀ ਸਾਹਿਬ, ਉਹ ਵੀ ਇਸ ਇਤਿਹਾਸਿਕ ਮੌਕੇ 'ਤੇ ਆਪਣੀ ਹਾਜ਼ਰੀ ਲਗਵਾ ਰਹੇ ਨੇ। ਗੁਰੂ ਕੇ ਬਾਗ ਦੇ ਵਿੱਚ ਇਹ ਪੌਦੇ ਲਗਾਏ ਜਾ ਰਹੇ ਨੇ ਦਾਲਚੀਨੀ ਦੇ। ਇਸ ਪਾਵਨ ਅਸਥਾਨ ਤੋਂ ਬੇਰਾਂ ਦਾ ਪ੍ਰਸ਼ਾਦ ਜੋ ਹੈ ਉਹ ਵੰਡਿਆ ਜਾਂਦਾ ਹੈ। ਸੋ ਇਸ ਦੀ ਸ਼ੁਰੂਆਤ ਹੋ ਰਹੀ ਹੈ ਸਿੰਘ ਸਾਹਿਬਾਨ ਨੂੰ ਭਾਈ ਮਨਜੀਤ ਸਿੰਘ ਜੀ, ਜੋ ਕਿ ਸ਼੍ਰੀ ਗੰਗਾ ਨਰਸਰੀ ਵਾਲੇ, ਜਿਨ੍ਹਾਂ ਨੂੰ ਕਿ ਮਹਾਨ ਸੇਵਾ ਇੱਥੋਂ ਦੀ ਬਖਸ਼ਿਸ਼ ਹੋਈ ਹੈ, ਉਹ ਇਸ ਦੀ ਸ਼ੁਰੂਆਤ ਕਰ ਰਹੇ ਨੇ। ਸੋ ਪੂਰੇ ਹੋਲੇ ਮਹੱਲੇ ਦੇ ਦੌਰਾਨ ਇਹ ਪ੍ਰਸ਼ਾਦ ਇੱਥੇ ਸੰਗਤਾਂ ਨੂੰ ਵੰਡਿਆ ਜਾਏਗਾ।
ਇਹ ਵੀ ਇੱਕ ਵਿਲੱਖਣ ਇਸ ਸਥਾਨ ਦੀ ਪਹਿਚਾਨ ਹੈ। ਸੰਜੇ ਸਾਹਿਬ ਨੂੰ ਬੁਲਾ ਲਓ ਨਾਲ, ਜਿਹੜੀ ਸਿੰਘ ਸਾਹਿਬ ਨੇ ਕਰਤੀ ਉਹ ਸਿੰਘ ਢਿੱਲ ਰਹਿਣਗੇ ਤੇ ਨਹੀਂ ਨਹੀਂ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਸਾਰੇ ਉਪਰਾਲੇ ਕੀਤੇ ਜਾ ਰਹੇ ਨੇ, ਇਹ ਬਾਗ ਜਿਹੜਾ ਦਾਲਚੀਨੀ ਦਾ ਜਿਸ ਦੀ ਕਿ ਅੱਜ ਆਰੰਭਤਾ ਹੋਈ ਹੈ। ਸੋ ਸਾਡੇ ਨਾਲ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸਰਦਾਰ ਸੁਖਦੇਵ ਸਿੰਘ ਜੀ ਮੌਜੂਦ ਨੇ। ਇਹ ਜੋ ਵਾਤਾਵਰਨ ਦਿਵਸ, ਸਿੱਖ ਵਾਤਾਵਰਨ ਦਿਵਸ ਮਨਾਇਆ ਗਿਆ, ਇਹਦੇ ਪ੍ਰਤੀ ਥੋੜ੍ਹੇ ਜਿਹੇ ਵਿਚਾਰ ਸੰਗਤਾਂ ਨਾਲ ਸਾਂਝੇ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਣਯੋਗ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਾਤਾਵਰਨ ਦਿਵਸ ਵਿਸ਼ੇਸ਼ ਰੂਪ ਵਿੱਚ ਇਸ ਗੁਰਦੁਆਰਾ ਨੌਲੱਖਾ ਬਾਗ ਗੁਰਦੁਆਰਾ ਕੋਟ ਸ੍ਰੀ ਹਰਿਮੰਦਰ ਸਾਹਿਬ ਵਿੱਚ ਗੁਰੂ ਹਰ ਰਾਇ ਸਾਹਿਬ ਜੀ ਦੀ ਯਾਦ ਵਿੱਚ ਬੂਟੇ ਲਾ ਕੇ ਵਾਤਾਵਰਨ ਦਿਵਸ ਮਨਾਇਆ ਗਿਆ। ਇਸੇ ਤਰ੍ਹਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਜਿੱਥੇ ਵੀ ਉਹਨਾਂ ਦਾ ਪ੍ਰਬੰਧ ਹੈ, ਸਕੂਲਾਂ ਕਾਲਜਾਂ ਵਿੱਚ ਗੁਰਦੁਆਰਾ ਸਾਹਿਬਾਨਾਂ ਵਿੱਚ ਮਾਣਯੋਗ ਪ੍ਰਧਾਨ ਸਾਹਿਬ ਨਿਰਦੇਸ਼ ਕਰਕੇ ਸਾਰੇ ਹੀ ਥਾਵਾਂ 'ਤੇ ਅੱਜ ਵਾਤਾਵਰਨ ਦਿਵਸ 'ਤੇ ਬੂਟੇ ਲਾ ਕੇ ਇਸ ਦਿਵਸ ਦੀ ਜਿਹੜੀ ਸ਼ੁਰੂਆਤ ਕੀਤੀ ਹੈ। ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਮੇਸ਼ਾ ਹੀ ਇਹ ਉਪਰਾਲਾ ਰਿਹਾ ਹੈ ਕਿ ਜਿੱਥੇ ਜਿੱਥੇ ਵੀ ਪੁਰਾਤਨ ਜਿਹੜਾ ਵਾਤਾਵਰਨ ਦਿਵਸ ਹੋਵੇ, ਚਾਹੇ ਉਹ ਐਜੂਕੇਸ਼ਨ ਹੋਵੇ, ਚਾਹੇ ਕੁਝ ਵੀ ਹੋਵੇ, ਜਾਂ ਪੁਰਾਤਨ ਇਮਾਰਤਾਂ ਦੀ ਦੇਖਭਾਲ, ਉਹਦੇ ਵਿੱਚ ਮਾਣਯੋਗ ਪ੍ਰਧਾਨ ਸਾਹਿਬ ਨੇ ਬੜਾ ਵੱਡਾ ਯੋਗਦਾਨ ਪਾਇਆ। ਅਤੇ ਹਰ ਸਾਲ ਹੀ ਵਾਤਾਵਰਨ ਦਿਵਸ 'ਤੇ ਅਸੀਂ ਨੰਨੀ ਸ਼ਾਂਤ ਜਿਵੇਂ ਸ਼ੁਰੂਆਤ ਕੀਤੀ ਸੀ, ਜਗ੍ਹਾ ਜਗ੍ਹਾ 'ਤੇ ਸੜਕਾਂ 'ਤੇ ਗੁਰਦੁਆਰਾ ਸਾਹਿਬਾਨਾਂ ਵਿੱਚ ਰੁੱਖ ਲਗਾ ਕੇ ਜਿਹੜੇ ਅੱਜ ਤੁਹਾਡੇ ਸਾਹਮਣੇ ਬਾਗ ਦੇ ਰੂਪ ਵਿੱਚ ਦਿਸ ਰਹੇ ਨੇ, ਅਤੇ ਸੰਗਤਾਂ ਦੂਰ ਦੂਰ ਤੋਂ ਦਰਸ਼ਨ ਕਰਨ ਆ ਰਹੀਆਂ ਨੇ। ਇਸੇ ਸੰਬੰਧ ਵਿੱਚ ਅੱਜ ਦਾਲਚੀਨੀ ਦੇ ਰੁੱਖ ਲਾ ਕੇ ਸਰਦਾਰ ਮਨਜੀਤ ਸਿੰਘ ਜੀ ਗੰਗਾ ਨਰਸਰੀ ਵਾਲਿਆਂ ਤੋਂ ਸੇਵਾ ਲਈ ਹੈ, ਮਾਨਯੋਗ ਸਿੰਘ ਸਾਹਿਬ, ਗਿਆਨੀ ਮੱਲ ਸਿੰਘ ਜੀ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਮੈਨੇਜਰ ਗੁਰਦੁਆਰਾ ਤਖਤ ਕੇਸਗੜ੍ਹ ਸਾਹਿਬ, ਉਹ ਵੀ ਨਾਲ ਸਨ, ਉਹਨਾਂ ਨੇ ਸ਼ੁਰੂਆਤ ਕੀਤੀ ਹੈ। ਇਸ ਦਿਵਸ 'ਤੇ ਸਮੁੱਚੀ ਜਗਤ ਨੂੰ ਵਧਾਈ ਅਤੇ ਸਮੁੱਚੇ ਸਿੱਖ ਸੰਗਤ ਅੱਗੇ ਬੇਨਤੀ ਵੀ ਹੈ, ਜਿਵੇਂ ਸਿੰਘ ਸਾਹਿਬ ਜੀ ਨੇ ਅੱਗੇ ਆਦੇਸ਼ ਕੀਤੇ ਨੇ, ਵੀ ਸਾਰੇ ਹੀ ਅੱਜ ਦੇ ਦਿਨ 'ਤੇ ਇੱਕ ਇੱਕ ਰੁੱਖ ਲਾ ਕੇ ਵਾਤਾਵਰਨ ਨੂੰ ਸ਼ੁੱਧ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਉਣ। ਅਤੇ ਜਿੱਥੇ ਹੋਲੇ ਮਹੱਲੇ ਦੇ ਦਿਵਸ ਦਾ ਸੰਬੰਧ ਹੈ, ਉੱਥੇ ਅਸੀਂ ਪਿਛਲੇ ਕਾਫੀ ਦਿਨਾਂ ਤੋਂ ਮਾਣਯੋਗ ਪ੍ਰਧਾਨ ਸਾਹਿਬ ਵੀ ਦੋ ਇੱਥੇ ਚੱਕਰ ਲਾ ਕੇ ਗਏ ਨੇ, ਸੰਗਤਾਂ ਦੇ ਲੰਗਰ ਦਾ, ਰਹਿਸ਼ ਦਾ, ਅਤੇ ਜਗ੍ਹਾ ਜਗ੍ਹਾ 'ਤੇ ਕਥਾ ਕੀਰਤਨ ਦਾ ਦੀਵਾਨ ਲਾ ਕੇ ਆਈ ਸੰਗਤ ਨੂੰ ਗੁਰਸਿੱਖੀ ਦਾ ਇਤਿਹਾਸ ਸੁਣਾਉਣ ਦਾ ਪ੍ਰਬੰਧ ਕੀਤਾ। ਅਤੇ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਇਸ ਪ੍ਰਬੰਧ ਵਿੱਚ ਵਿਸ਼ੇਸ਼ ਰੂਪ ਵਿੱਚ ਆਪਣਾ ਯੋਗਦਾਨ ਪਾ ਕੇ ਸਹਿਯੋਗ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਸੋ ਇਹ ਸਾਰਾ ਜੋੜ ਮੇਲਾ ਨਾਲ ਹੋਲੇ ਮਹੱਲੇ ਦਾ, ਅਤੇ ਨਾਲ ਹੀ ਇਹ ਅੱਜ ਦਾ ਪਵਿੱਤਰ ਗੁਰਪੁਰਬ ਜਿਹੜਾ ਹੈ, ਉਹ ਬੜੇ ਹੀ ਨਵੇਕਲੇ ਢੰਗ ਦੇ ਨਾਲ ਇੱਥੇ ਮਨਾਇਆ ਗਿਆ। ਸੋ ਇਹ ਸਾਰਾ ਹਾਲ ਅਸੀਂ ਆਪਦੇ ਨਾਲ ਸਾਂਝਾ ਕਰ ਰਹੇ ਹਾਂ। ਸੋ ਇਹ ਪਾਵਨ ਦਿਹਾੜੇ ਇੱਥੇ ਅਨੰਦਪੁਰ ਸਾਹਿਬ ਵਿਖੇ ਮਨਾਏ ਜਾ ਰਹੇ ਨੇ, ਅਤੇ ਇਸ ਵੇਲੇ ਸਾਡੇ ਨਾਲ ਸਰਦਾਰ ਸੁਖਵਿੰਦਰ ਸਿੰਘ ਗਰੇਵਾਲ ਜੋ ਕਿ ਮੈਨੇਜਰ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ, ਇਹ ਸਾਰੇ ਨੇੜੇ ਦੇ ਗੁਰੂ ਘਰਾਂ ਦਾ ਸਾਰਾ ਪ੍ਰਬੰਧ ਇਹ ਦੇਖਦੇ ਨੇ। ਸੋ ਅੱਜ ਦਾ ਜੋ ਦਿਹਾੜਾ ਜੋ ਸਿੱਖ ਵਾਤਾਵਰਨ ਦਿਵਸ ਮਨਾਇਆ ਜਾ ਰਿਹਾ, ਉਹਦੇ ਸੰਬੰਧੀ ਅਤੇ ਨਾਲ ਹੀ ਹੋਲੇ ਮਹੱਲੇ ਦੇ ਪ੍ਰਬੰਧ ਸੰਬੰਧੀ ਅਸੀਂ ਆਪ ਜੀ ਪਾਸੋਂ ਜਾਣਕਾਰੀ ਹਾਸਲ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਪੰਥ ਦਾ ਮਹਾਨ ਤਖਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ, ਜਿੱਥੋਂ ਸਿੱਖੀ ਪ੍ਰਗਟ ਕੀਤੀ ਗੁਰੂ ਗੋਬਿੰਦ ਸਿੰਘ ਜੀ ਨੇ, ਤਖਤ ਸਾਹਿਬ 'ਤੇ ਗੁਰੂ ਸਾਹਿਬ ਵੱਲੋਂ ਮਨਾਏ ਜਾਣ ਵਾਲੇ ਹੋਲੇ ਮਹੱਲੇ ਦਾ ਜੋ ਅਸੀਂ ਮਨਾਇਆ ਜਾ ਰਿਹਾ, ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਗੁਰੂ ਹਰ ਰਾਇ ਸਾਹਿਬ ਦਾ ਗੁਰਤਾ ਗੱਦੀ ਦਿਵਸ ਵੀ ਹੈ, ਜਿਹੜਾ ਕਿ ਅਸੀਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਾਹਿਬ ਜਥੇਦਾਰ ਅਵਤਾਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਉਹਨੂੰ ਅਸੀਂ ਵਾਤਾਵਰਨ ਦਿਵਸ ਦੇ ਤੌਰ 'ਤੇ ਮਨਾ ਰਹੇ ਹਾਂ। ਦੂਸਰਾ, ਅੱਜ ਸਾਡਾ ਨਵਾਂ ਸਾਲ ਨਾਨਕ ਸ਼ਾਹੀ ਸੰਪਤ 546 ਜੋ ਅੱਜ ਨਵਾਂ ਸਾਲ ਵੀ ਚੜ੍ਹਿਆ, ਉਹਦੇ ਲਈ ਵੀ ਸੰਗਤਾਂ ਨੂੰ ਲੱਖ ਲੱਖ ਵਧਾਈ। ਵਾਤਾਵਰਨ ਦਿਵਸ, ਗੁਰਤਾ ਗੱਦੀ ਦਿਵਸ ਦੇ ਸੰਬੰਧ ਵਿੱਚ ਵੀ ਬਹੁਤ ਬਹੁਤ ਵਧਾਈ। ਹੋਲਾ ਮਹੱਲਾ ਜਿਹੜਾ ਕਿ ਪਹਿਲਾਂ ਕੀਰਤਪੁਰ ਸਾਹਿਬ ਵਿਖੇ, ਜਿਸ ਦੇ ਸੰਬੰਧ ਵਿੱਚ 12 ਮਾਰਚ ਨੂੰ ਸ਼੍ਰੀ ਅਖੰਡ ਪਾਠ ਸਾਹਿਬ, ਗੁਰਦੁਆਰਾ ਪਤਾਲਪੁਰੀ ਸਾਹਿਬ, ਗੁਰਦੁਆਰਾ ਸੀਸ ਮਹਿਲ ਸਾਹਿਬ, ਜਿੱਥੇ ਕਿ ਦੋ ਗੁਰੂ ਸਾਹਿਬਾਨਾਂ ਦਾ ਜਨਮ ਸਥਾਨ ਹੈ, ਗੁਰੂ ਹਰ ਰਾਇ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ, ਉੱਥੇ ਅਖੰਡ ਪਾਠ ਸਾਹਿਬ ਦੇ ਭੋਗ ਪਏ ਨੇ। ਅੱਜ 14 ਤਰੀਕ ਨੂੰ ਹੋਲਾ ਮਹੱਲਾ ਇੱਥੇ ਕੀਰਤਪੁਰ ਸਾਹਿਬ ਵਿਖੇ ਸੰਪੰਨ ਹੋਇਆ। 15 ਮਾਰਚ ਨੂੰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਹੜਾ ਕਿ ਹੋਲਾ ਮਹੱਲਾ ਉੱਥੋਂ ਆਰੰਭ ਹੋ ਜਾਏਗਾ। ਉਹਦੇ ਸੰਬੰਧ ਵਿੱਚ ਕਬੱਡੀ ਦੀਆਂ ਟੀਮਾਂ, ਕਬੱਡੀ ਦੀਆਂ ਗੇਮਾਂ, ਖੇਡਾਂ, ਕੁਸ਼ਤੀਆਂ, ਘੋੜਸਵਾਰੀ, ਘੋੜਿਆਂ ਦੀ ਹਾਕੀ, ਹੋਰ ਬਹੁਤ ਸਾਰੀਆਂ ਖੇਡਾਂ ਜਿਹੜੀਆਂ ਇੱਥੇ ਹੋ ਰਹੀਆਂ ਨੇ, ਧਾਰਮਿਕ ਦੀਵਾਨ, ਕਵੀ ਦਰਬਾਰ, ਰਾਗ ਦਰਬਾਰ ਸਾਰੇ ਕੀਤੇ ਜਾਣੇ ਨੇ। ਅਤੇ 16 ਤਰੀਕ ਨੂੰ ਇਹ ਸਾਰੇ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ 17 ਤਰੀਕ ਨੂੰ ਮਹੱਲਾ ਜਿਹੜਾ ਕਿ ਵੱਖ ਵੱਖ
ਤਖ਼ਤ ਸਾਹਿਬਾਨ ਦੇ ਨਾਲ ਸੰਬੰਧਿਤ ਗੁਰਦੁਆਰਾ ਸਾਹਿਬਾਨ ਕਿਲ੍ਹਾ ਸਾਹਿਬਾਨਾਂ ਵਿੱਚੋਂ ਹੁੰਦਾ ਹੋਇਆ ਸਮਾਪਤ ਹੋਵੇਗਾ। ਉਸ ਤੋਂ ਬਾਅਦ ਨਿਹੰਗ ਸਿੰਘਾਂ ਵੱਲੋਂ ਘੋੜ ਸਵਾਰੀ ਦੇ ਜੌਹਰ ਦਿਖਾਏ ਜਾਣਗੇ, ਜਿਸ ਵਿੱਚ ਨੇਜਾਬਾਜ਼ੀ ਹੋਰ ਸਾਰੇ ਹਰੇਕ ਤਰ੍ਹਾਂ ਦੇ ਕਰਤੱਵ ਦਿਖਾਏ ਜਾਣਗੇ। ਸੋ ਵਿਦੇਸ਼ਾਂ ਤੋਂ ਜਿਹੜੀਆਂ ਸੰਗਤਾਂ ਇੱਥੇ ਪਹੁੰਚ ਰਹੀਆਂ ਨੇ, ਹੋਰ ਸਾਰੇ ਦੇਸ਼ ਤੋਂ ਵੀ ਵੱਖ ਵੱਖ ਪ੍ਰਾਂਤਾਂ ਤੋਂ ਆ ਰਹੀਆਂ, ਕਿਵੇਂ ਦੇ ਸੰਗਤਾਂ ਦੇ ਵਾਸਤੇ ਪ੍ਰਬੰਧ ਇੱਥੇ ਕੀਤੇ ਗਏ? ਸਾਡੇ ਵੱਲੋਂ ਤਖ਼ਤ ਸਾਹਿਬ ਵੱਲੋਂ ਬਹੁਤ ਸਾਰੇ ਪ੍ਰਬੰਧ ਕੀਤੇ ਗਏ ਨੇ, ਜਿਸ ਦੇ ਵਿੱਚ ਬਹੁਤ ਸਾਰੇ ਸੰਤਾਂ ਮਹਾਤਮਾਵਾਂ ਨੇ ਦੀਆਂ ਸਰਾਵਾਂ ਵੀ ਵਿੱਚ ਵਰਤੀਆਂ ਜਾ ਰਹੀਆਂ ਨੇ। ਤਕਰੀਬਨ 400 ਲੰਗਰ ਜਿਹੜਾ ਸੰਗਤਾਂ ਦੀ ਸਹੂਲਤ ਲਈ ਕੀਤਾ ਗਿਆ, ਉਹਦੇ ਵਿੱਚ ਤਖ਼ਤ ਸਾਹਿਬ ਵੱਲੋਂ ਲੱਕੜ ਦਾ ਪ੍ਰਬੰਧ, ਤੰਬੂਆਂ ਦਾ ਪ੍ਰਬੰਧ, ਹੋਰ ਜਿਸ ਤਰ੍ਹਾਂ ਦੇ ਵੀ ਸੰਗਤਾਂ ਨੂੰ ਕਿਸੇ ਤਰ੍ਹਾਂ ਦੇ ਪ੍ਰਬੰਧ ਦੀ ਲੋੜ ਹੈ, ਉਹ ਪ੍ਰਧਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਰਾ ਅਸੀਂ ਪ੍ਰਬੰਧ ਕੀਤਾ ਜਾ ਰਿਹਾ। ਸਾਡੇ ਵੱਲੋਂ ਸਾਰਾ ਸਟਾਫ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਮੁੱਚਾ ਸਟਾਫ, ਜਿਹੜੇ ਕਿ ਸਾਰੇ ਅਸੀਂ ਇਸ ਹੋਲੇ ਮਹੱਲੇ ਦੇ ਪ੍ਰਬੰਧ ਵਿੱਚ ਲੱਗੇ ਹੋਏ ਹਾਂ। ਆਸ ਹੈ ਕਿ ਅਸੀਂ ਕਿਸੇ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਆਵੇਗੀ। ਹੋਰ ਸਾਰੇ ਹਰੇਕ ਤਰ੍ਹਾਂ ਦੇ ਵਿਆਪਕ ਪ੍ਰਬੰਧ ਕੀਤੇ ਗਏ ਨੇ। ਉਮਾਮਨ, ਤੁਸੀਂ ਪਹਿਲਾਂ ਵੀ ਇਹ ਸਾਰੇ ਪ੍ਰਬੰਧ ਦੇਖਦੇ ਰਹੇ ਹੋ, ਕਿੰਨੀ ਕੁ ਸੰਗਤ ਦਾ ਅੰਦਾਜ਼ਾ ਰੱਖ ਕੇ ਤੁਸੀਂ ਸਾਰੇ ਪ੍ਰਬੰਧ ਉਲੀਕਦੇ ਹੋ ਕਿ ਹੋਲੇ ਮਹੱਲੇ 'ਤੇ ਸੰਗਤਾਂ ਜਿਹੜੀਆਂ ਆਉਂਦੀਆਂ ਨੇ? ਤਕਰੀਬਨ ਪਿਛਲੇ ਸਾਲ ਜੋ ਸਾਡਾ ਅੰਦਾਜ਼ਾ ਹੈ, 25 ਤੋਂ 30 ਲੱਖ ਸੰਗਤਾਂ ਨੇ ਨਤਮਸਤਕ ਹੋ ਕੇ ਦਰਸ਼ਨ ਦਿਦਾਰੇ ਕੀਤੇ ਨੇ ਹੋਲੇ ਮਹੱਲੇ ਦੇ ਸਮੇਂ। ਇਸ ਸਾਲ ਤਕਰੀਬਨ 1 ਮਾਰਚ ਤੋਂ ਹੀ ਸੰਗਤਾਂ ਦਾ ਤਾਂਤਾ ਲੱਗਿਆ, ਹੁਣ ਤੱਕ ਆ ਉਮੀਦ ਹੈ ਵੀ 10 ਕੁ ਲੱਖ ਸੰਗਤਾਂ ਦਰਸ਼ਨ ਕਰਕੇ ਜਾ ਚੁੱਕੀਆਂ ਨੇ। ਹੁਣ ਤਕਰੀਬਨ ਇਸ ਮੇਲੇ 'ਤੇ 40 ਕੁ ਲੱਖ ਲੋਕਾਂ ਦੇ ਆਉਣ ਦਾ ਅਨੁਮਾਨ ਹੈ, ਜਿਹੜੀਆਂ ਕਿ ਸੰਗਤਾਂ ਗੁਰੂ ਦੇ ਦਰਸ਼ਨ ਲਈ ਆ ਰਹੀਆਂ ਨੇ। ਸੋ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਕਿੱਡਾ ਵੱਡਾ ਇਹ ਜੋੜ ਮੇਲਾ ਅਤੇ ਕਿੱਡੇ ਵੱਡੇ ਪ੍ਰਬੰਧ ਨੇ ਜਿਹੜੇ ਗਰੇਵਾਲ ਸਾਹਿਬ ਅਤੇ ਹੋਰ ਸਾਰੇ ਪ੍ਰਬੰਧਕ ਜਨ ਇੱਥੇ ਮਿਲ ਕੇ ਕਰ ਰਹੇ ਨੇ। ਸੋ ਇਸ ਜੋੜ ਮੇਲੇ ਦੇ ਵਿੱਚ ਜੇਕਰ ਤੁਸੀਂ ਆ ਸਕਦੇ ਹੋ ਤਾਂ ਜ਼ਰੂਰ ਆਓ, ਨਹੀਂ ਤਾਂ ਘਰ ਬੈਠ ਕੇ ਸੰਗਤ ਟੀਵੀ ਦੇ ਜ਼ਰੀਏ ਸਾਰਾ ਹਾਲ ਤੁਸੀਂ ਸਰਵਣ 'ਚ ਕਰ ਸਕਦੇ ਹੋ। ਗੁਰੂ ਕਾ ਬਾਗ, ਨੌਲੱਖਾ ਬਾਗ, ਇਹਦੇ ਵਿੱਚ ਅੱਜ ਮਨਾਇਆ ਗਿਆ ਜੋ ਸਿੱਖ ਵਾਤਾਵਰਨ ਦਿਵਸ ਹੈ, ਉਹ ਆਪਣੀ ਇੱਕ ਕੌਮਾਂਤਰੀ ਪਹਿਚਾਣ ਬਣਾ ਰਿਹਾ, ਕਿਉਂਕਿ ਖਾਸ ਤੌਰ 'ਤੇ ਸਾਡੇ ਨਾਲ ਵਿਕਟੋਰੀਆ ਫਿਨਲੇ, ਜੋ ਕਿ ਡਾਇਰੈਕਟਰ ਆਫ ਕਮਿਊਨੀਕੇਸ਼ਨ ਨੇ ਅਲਾਇੰਸ ਆਫ ਰਿਲੀਜਨਸ ਐਂਡ ਕੰਜ਼ਰਵੇਸ਼ਨ। ਸੋ UK ਤੋਂ ਖਾਸ ਤੌਰ 'ਤੇ ਇੱਥੇ ਪਹੁੰਚੇ ਹੋਏ ਨੇ, ਅਤੇ ਕਿਉਂਕਿ ਇਹਨਾਂ ਨੂੰ ਸਾਡੀ ਭਾਸ਼ਾ ਉਨੀ ਸਮਝ ਨਹੀਂ ਆਉਣੀ, ਸੋ ਅੱਗੇ ਅਸੀਂ ਇਹਨਾਂ ਨਾਲ ਥੋੜ੍ਹੀ ਜਿਹੀ ਇੰਗਲਿਸ਼ ਦੇ ਵਿੱਚ ਟੋਕ ਕਰਨੀ ਪਏਗੀ। ਅਤੇ
So Victoria, first of all, I welcome you to Sangat TV. Thank you. Yeah. So I want to know about your purpose of coming here in India. So I work for the Alliance of Religions and Conservation in the UK, and we were set up by Prince Philip in 1995. In 10 years earlier, he had said that he wanted to work with people who really counted in conservation, which is dear to his heart. And he thought, he knew that in Christianity, which is what he grew up with, he was taught that nature was part of being faithful. And he said, I think that if we ask the other faiths, we will find that they also have teachings. And so he set up a very small organization to go and find out and to work with different faiths who want environment programs. So that's what we do. We work with now 12 different faiths, from Baha'is to Buddhists to Christians to Jains to Sikhs to Hindus to Muslims to Zoroastrians. Confucianists is our latest group. And we work with them on, first of all, looking at their own teachings and saying what is sacred about the earth and about trees. And secondly, saying, okay, so it's in our own teaching, it's in our own history. So what are we going to do with it today? Because we face crises today that other generations haven't faced. Yeah. So how can we work with what we believe is the most important thing to change this earth, to make it better? So you came here in this bag, Guru Ka Bag. So what's your feeling about this Guru Ka Bag? Oh, I feel quite humbled to be here, because this is a place where the seventh guru, when he was a little boy, he would play. You touch this ground and you think, here was a little boy playing, and he knocked a flower. The story is that he knocked a flower to the ground and he realized that was wrong. But you look around and you think, here's this little boy who had something really special about him then. And this is the place that he probably tumbled. And he learnt for him, it was one of the biggest lessons of his life. He learnt about loving nature and he became the environment guru. So it's extraordinarily humbling, but also to be here on Happy Sikh Environment Day. On Sikh Environment Day, which our sister body, EcoSikh, which is based in America and the Punjab, they have worked with Sikh bodies, with SGPC, with Jathadars, with communities, with media. Yeah. And everybody has said, this is wonderful. We want to support it, not just by saying Happy Sikh Environment Day, but by saying, today we're going to make changes. We've just had Chai Pakora. Yeah. And last year, apparently, the Chai Pakora was served on styrofoam cups, things that were thrown away that would be around for thousands of years, spoiling things. Yeah. It was a delight. We had plastic, we had reusable plastic and disposable palm plates. It was a very important change, I think, to say, let's go back to what we believe. So what's your feeling about Sikhism and the mission of EcoSikh and other Sikh bodies of for the conservation of this environment? What is your view about this? It's been wonderful in the past few years working with EcoSikh. I've worked closely with EcoSikh and our colleagues there. We talk every week, and I feel that I'm the only non-Sikh EcoSikh. Do you know, there are many fewer millions of Sikhs than there are of many other of other faiths, but I think that Sikhism has actually got a really unique message. Not only do you have one of your gurus who could be seen to be the environment guru, but also you guys, you're great at networking, your media ability is fantastic, your community is tremendous, and the sense of people knowing each other. I'm always amazed when people know each other from across the pond and across Punjab, and people have heard of each other and the message is passing on. So I think that actually Sikhs have got a great leadership role. One of the programs that we work with is pilgrimage, and working with pilgrim places to say, why, if we're holy places, are we dirty places? Let's clean up our act. And Amritsar and Nanded are
Amritsar in particular, because it's been a member longer. It's really, it's set up its own organization. There is, I think, in the Sikh communities, both in India and overseas, this tremendous ability to get things going. I think that's something to be proud of. So our channel is from UK, you know. So what message you want to give to Sikhs and other Punjabis living in UK and Europe on this Environment Day? We can change things, I think. I think that the environment is a tremendous way to work with the younger generations, to say that this faith that you're growing up in is actually a really current faith. It's something to be proud of for young people. It's not just for old people. I was very moved in England, as people watching will know, we've had tremendous floods. And there was an organisation, Khalsa Aid, based just outside London, which went to the floods in Somerset, which is where I live. And they just got down to work. They had Khalsa Aid t-shirts and they helped people out of the floods, where I think everybody was bewildered. I was moved. I went and I thought, well, if the Sikhs of Slough can do it, I can. I in Somerset can do it. So I volunteered myself. And several other people were inspired by them to go and say, oh, we can help. So I think that Sikhs can show people through their seva, through their traditions, that actually the individual can help. And I think we can together work to protect this environment. This garden, it looks like it's always been here. It looks like it's an institution. And of course, it is very old. But apparently, 8 years ago, it was like nothing. It was, there was junk, there was desert, there was jungle, it was dirty. Now, look what's happened. It is just a tranquil place again. So we don't have to say, let's give in. Let's try and make it back. Let's look at this garden and be inspired. Okay. So, Victoria ne jehdi gal kahi hai sade sachmuch badi maan wali gal hai ke sikhan ton duniya umeed kardi hai ke tusi lead karo. So sanu Dashmesh pita ne akal purakh di jo fauj saji hai sade sir de utte badi vaddi zimmewari hai ke akal purakh di jehdiyan duties ne oh duniya ajj sade wal tak rahi hai jive ke hunne unna ne gal kiti ke khalsa aid da jehda initiative liya gaya si ohnu vekh ke inna de man vich cha paida hoya te eh volunteer bane te inna de naal vekh ke hor kai sare ohde vich shamil hoye so seva da jehda sade vaste siddhant guru sahib ne bakhshish kita assi ohnu apnaiye te ohnu hor agge leke jaiye te vatavaran nu sambhaliye mere khayal na sikh vatavaran divas da eh bahut vadda sandesh hai so Victoria at the last I want to thank you and you visited Anandpur Sahib, Kiratpur Sahib, and hopefully you are all visit, and maybe you may going to Amritsar and Nanded also. So I feel that Sikh mission will be with you to save the environment. Sat Sri Akal. Pavan Guru, Pani Pita, Mata Tart Mahat, Divas Raat Doi Dai Daya Khele Sagal Jagat. ਇਹ ਸਲੋਕ ਸ਼ਾਇਦ ਲੱਖਾਂ ਨਹੀਂ ਕਰੋੜਾਂ ਵਾਰ ਇੱਕ ਦਿਨ ਦੇ ਵਿੱਚ ਪੜਿਆ ਜਾਂਦਾ ਹੋਵੇਗਾ ਪਰ ਇਸ ਦੇ ਅੰਦਰ ਦੀ ਭਾਵਨਾ ਨੂੰ ਮਹਿਸੂਸ ਕਰਨ ਦਾ ਇਹ ਦਿਹਾੜਾ ਹੈ ਜੋ ਅੱਜ ਅਸੀਂ ਮਨਾ ਰਹੇ ਹਾਂ ਅਤੇ ਇਹ ਖਾਸ ਤੌਰ 'ਤੇ ਉਸ ਬਾਗ ਦੇ ਵਿੱਚ ਬੈਠੇ ਹੋਏ ਹਾਂ ਜਿੱਥੇ ਸੱਤਵੇਂ ਪਾਤਸ਼ਾਹ ਦਾ ਉਹ ਇਤਿਹਾਸਿਕ ਪਲ ਜਦ ਯਾਦ ਆਉਂਦਾ ਅਤੇ ਇਹ ਪਗਡੰਡੀਆਂ ਬੜਾ ਕੁਝ ਮਹਿਸੂਸ ਕਰਵਾ ਰਹੀਆਂ ਨੇ ਸੋ ਇਹ ਸਾਰੇ ਉੱਦਮ ਦੇ ਵਿੱਚ ਜਿਹੜੀ ਸੰਸਥਾ ਕਾਫੀ ਵੱਡਾ ਉਪਰਾਲਾ ਕਰ ਰਹੀ ਆ ਈਕੋਸਿੱਖ ਜੋ ਕਿ ਅਮੈਰੀਕਾ ਬੇਸਡ ਇਹ ਐਨ ਜੀ ਓ ਹੈ ਅਤੇ ਉਹਦੇ ਇੰਡੀਆ ਦੇ ਪ੍ਰੋਜੈਕਟ ਮੈਨੇਜਰ ਰਵਨੀਤ ਸਿੰਘ ਸਾਡੇ ਨਾਲ ਮੌਜੂਦ ਨੇ ਰਵਨੀਤ ਸਿੰਘ ਜੀ ਫਤਿਹ ਅਰਜ਼ ਕਰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦਾ ਇਹ ਜਿਹੜਾ ਦਿਹਾੜਾ ਹੈ ਜਿਸ ਢੰਗ ਦੇ ਨਾਲ ਮਨਾਇਆ ਗਿਆ ਅਤੇ ਜਦੋਂ ਤੋਂ ਇਨੀਸ਼ੀਏਟਿਵ ਤੁਸੀਂ ਲੈ ਰਹੇ ਹੋ ਕੀ ਤੁਸੀਂ ਸਮਝਦੇ ਹੋ ਕਿ ਕਿੱਥੇ ਤੱਕ ਪਹੁੰਚਿਆ ਗਿਆ ਹੁਣ ਤੱਕ 2011 ਵਿੱਚ ਜਦੋਂ ਅਸੀਂ ਮੁਹਿੰਮ ਦਾ ਜਿਵੇਂ ਨਾਰਾ ਦਿੱਤਾ ਕਿ ਸੱਤਵੇਂ ਪਾਤਸ਼ਾਹ ਦਾ ਗੁਰਤਾ ਗੱਦੀ ਦਿਵਸ 14 ਮਾਰਚ ਨੂੰ ਸਿੱਖ ਵਾਤਾਵਰਨ ਦਿਵਸ ਵਜੋਂ ਮਨਾਇਆ ਜਾਵੇ ਤਾਂ ਮੈਨੂੰ ਯਾਦ ਹੈ ਬਹੁਤ ਥੋੜ੍ਹੀਆਂ ਸੰਗਤਾਂ ਤੱਕ ਅਸੀਂ ਮੈਸੇਜ ਪਹੁੰਚਾ ਪਏ ਉਹਨਾਂ 'ਚੋਂ ਕਈਆਂ ਨੇ ਰਿਸੀਵ ਕੀਤਾ ਅਕਸੈਪਟ ਕੀਤਾ ਅਤੇ ਕਈਆਂ ਨੂੰ ਚੰਗਾ ਲੱਗਿਆ ਕਈਆਂ ਨੂੰ ਬਹੁਤ ਚੰਗਾ ਲੱਗਿਆ ਪਰ ਡਾਊਨ ਦਾ ਲਾਈਨ ਅੱਜ 4 ਸਾਲ ਬਾਅਦ ਜਦੋਂ ਮੈਂ ਦੇਖਦਾ ਵਾਂ
ਕਿ ਪਹਿਲੇ ਸਾਲ ਅਸੀਂ 100 ਜਥੇਬੰਦੀਆਂ ਦਾ ਇੰਡੀਆ ਦੇ ਵਿੱਚ 100 ਜਥੇਬੰਦੀਆਂ ਦਾ ਟੀਚਾ ਮਿੱਥਿਆ ਸੀ ਡਾਇਸਪੋਰਾ 'ਚ, ਅਤੇ ਅਸੀਂ ਕਰੀਬ 450 ਜਥੇਬੰਦੀਆਂ ਨਾਲ ਇਹ ਦਿਵਸ ਅਬਜ਼ਰਵ ਕੀਤਾ। ਅਤੇ ਇਸ ਸਾਲ ਜਿਹੜੀ ਪਰਿਵਰਤਨ ਦੀ ਗੱਲ ਤੁਸੀਂ ਪੁੱਛ ਰਹੇ ਹੋ, ਅਸੀਂ 2000 ਜਥੇਬੰਦੀਆਂ ਗੁਰਦੁਆਰੇ, ਸਕੂਲ ਅਤੇ ਕਾਲਜਾਂ ਦੇ ਵਿੱਚ ਇਹ ਦਿਵਸ ਮਨਾਉਣ ਦਾ ਟੀਚਾ ਲਿਆ। ਅਤੇ ਖੁਸ਼ੀ ਦੀ ਗੱਲ ਹੈ ਕਿ ਰਾਤ ਮੈਂ ਸਾਰੀ ਲਿਸਟ ਜਿਹੜੀ ਅਸੀਂ ਟਾਈਮਲਾਈਨ ਈਕੋਸਿੱਖ ਵੈਬਸਾਈਟ 'ਤੇ ਬਣਾਈ ਹੈ, ਵੀ ਮਾਰਕਡ 2000 ਐਗਜੈਕਟਲੀ। ਅਤੇ ਇਹਦੇ ਨਾਲ ਮੈਂ ਕਹਿ ਸਕਦਾ ਕਿ ਗੁਰੂ ਸਾਹਿਬ ਦੇ ਦਿੱਤੇ ਸਿਧਾਂਤ ਨਾਲ ਸਿੱਖਾਂ ਨੂੰ ਬਹੁਤ ਪ੍ਰੇਮ ਹੈ। ਅਤੇ ਗੱਲ ਸਿਰਫ ਇਹ ਸੀ ਉਜਾਗਰ ਕਰਨ ਦੀ, ਵੀ ਇੰਨੇ ਸਾਲਾਂ ਦੇ ਵਿੱਚ ਜੋ ਸਿੱਖਾਂ ਦੇ ਵਿੱਚ ਮੂਵਮੈਂਟਸ ਆਈਆਂ, ਕਈ ਚੇਂਜਿਸ ਹੋਈਆਂ ਇੱਥੇ ਪੰਜਾਬ ਦੇ ਵਿੱਚ ਵੀ, ਬਾਹਰਲੇ ਵਿੱਚ ਪਰਿਵਰਤਨ, ਅਤੇ ਕਿਤੇ ਅਸੀਂ ਡਿਵੈਲਪਮੈਂਟ ਦੇ ਵਿੱਚ ਇਹ ਚੀਜ਼ਾਂ ਸਾਡੇ ਕੋਲ ਜਿਹੜੀਆਂ ਵਾਤਾਵਰਣ ਦੀ ਸੰਭਾਲ, ਉਹਦਾ ਪਿਆਰ ਗੁਰਬਾਣੀ ਵਿੱਚ ਮੌਜੂਦ ਸੀ ਪਰ ਸਾਡੇ ਹੱਥਾਂ ਵਿੱਚੋਂ, ਸਾਡੀ ਪ੍ਰੈਕਟਿਸ ਵਿੱਚੋਂ ਖੁੰਝ ਗਿਆ। ਅਤੇ ਈਕੋ ਸਿੱਖ ਜਥੇਬੰਦੀ ਦਾ ਜਿਹੜਾ ਇਹ ਨਿਮਾਣਾ ਜਿਹਾ ਰੋਲ ਰਿਹਾ ਕਿ ਇਹਨੂੰ ਉਜਾਗਰ ਕੀਤਾ, ਸੰਗਤਾਂ ਨੇ ਗੁਰੂ ਸਾਹਿਬ ਦਾ ਸੰਦੇਸ਼, ਉਹਨੂੰ ਸਨਮਾਨ ਦਿੱਤਾ ਅਤੇ ਉਹਦੇ 'ਤੇ ਅਮਲ ਕਰਨਾ ਸ਼ੁਰੂ ਕੀਤਾ। ਅਤੇ ਅੱਜ ਅਨੇਕਾਂ ਹੀ ਗੁਰਦੁਆਰਿਆਂ ਵਿੱਚ ਬੂਟੇ ਲਗਾਉਣ ਦੀਆਂ ਲਹਿਰਾਂ, ਹਰਿਆਵਲ ਲਹਿਰਾਂ, ਵਾਤਾਵਰਨ ਦੀਆਂ ਰੈਲੀਆਂ, ਕਲੀਨਅਪ ਡਰਾਈਵਸ, ਗੁਰਦੁਆਰਿਆਂ ਦੀਆਂ ਸਫਾਈਆਂ ਦੇ ਪ੍ਰਬੰਧ, ਬੱਚਿਆਂ ਦੇ ਪੇਂਟਿੰਗ ਕੰਪੀਟੀਸ਼ਨ, ਬਾਈਸਾਈਕਲ ਰੈਲੀਜ਼, ਅਤੇ ਆਪਣਾ ਬੂਟੇ ਪ੍ਰਸਾਦ ਦੇ ਨਾਲ ਨਾਲ ਸੀਡਸ ਦਾ ਪ੍ਰਸ਼ਾਦ ਵੀ ਇਸ ਵਾਰ MP ਦੇ ਵਿੱਚ ਅਸੀਂ ਸੁਣਿਆ ਵੀ ਕਰ ਰਹੇ ਨੇ। ਲੇਕਸ ਰਿਵਾਈਵਲ ਦੇ ਪ੍ਰੋਜੈਕਟਸ ਜਿਹੜੇ, ਉਹਨਾਂ ਬਾਰੇ ਪਲੈਨ ਆਊਟ ਕਰ ਰਹੇ ਨੇ ਬੈਂਗਲੌਰ ਦੇ ਵਿੱਚ। ਅਤੇ ਇਹ ਬਹੁਤ ਵੱਡੇ ਉੱਦਮ ਨੇ ਜਿਹੜਾ ਪਵਨ ਪਾਣੀ ਅਤੇ ਧਰਤੀ ਦੇ ਰਿਸਪੈਕਟ ਵਿੱਚ, ਮੈਂ ਸੋਚਦਾ ਵੀ ਸਿੱਖਾਂ ਨੇ ਇੱਕ ਗੁਰੂ ਹਰ ਰਾਏ ਜੀ ਦੇ ਜੀਵਨ ਤੋਂ, ਉਹਨਾਂ ਦੀ ਜਾਚ ਤੋਂ, ਦਾਮਨ ਸੰਕੋਚ ਚਲੋ ਤੋਂ ਜਿਹੜਾ ਮੈਸੇਜ ਰਿਸੀਵ ਕੀਤਾ, ਉਹਨੂੰ ਆਦਰ, ਉਹਨੂੰ ਮਾਨ, ਉਹਨੂੰ ਜਿਹੜਾ ਕਹਿ ਰਹੀਏ ਟ੍ਰਾਈਬਿਊਟ ਦਿੰਦੇ ਹੋਏ ਗੁਰੂ ਸਾਹਿਬ ਦੇ ਓਨਰ ਦੇ ਵਿੱਚ ਇਹ ਜਿਹੜੇ ਅੱਗੋਂ ਪਲੈਨਸ ਘੜਨੇ ਸ਼ੁਰੂ ਕੀਤੇ ਆ ਅਤੇ ਉਹਨਾਂ 'ਤੇ ਤੁਰਨਾ ਸ਼ੁਰੂ ਕੀਤਾ। ਅਨੇਕਾਂ ਵੱਡੀਆਂ ਜਥੇਬੰਦੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਨ੍ਹਾਂ ਨੇ ਮੂਹਰੇ ਹੋ ਕੇ ਇਸ ਲਹਿਰ ਦੇ ਵਿੱਚ ਵਾਧਾ ਪਾਇਆ, ਅਤੇ ਉਹਨਾਂ ਨੂੰ ਦੇਖ ਕੇ ਕਈ ਅਨੇਕਾਂ ਹੋਰ ਗੁਰਦੁਆਰੇ, ਸਿੰਘ ਸਭਾਵਾਂ 'ਤੇ ਨਾਲ ਤੁਰੀਆਂ। ਅਤੇ ਇਹਨਾਂ ਸਾਰਿਆਂ ਦਾ ਬਹੁਤ ਸਤਿਕਾਰ ਹੈ ਕਿ ਅਸੀਂ ਤਾਂ ਸਿਰਫ ਸੋਚ ਲੈ ਕੇ ਤੁਰੇ ਅਤੇ ਇਹਨਾਂ ਨੇ ਕਰ ਵਿਖਾਇਆ। ਵੀ ਸਾਰਾ ਸਿਹਰਾ ਮੈਂ ਸਮਝਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, 5 ਤਖ਼ਤ ਸਾਹਿਬਾਨ ਅਤੇ ਗੁਰੂ ਕੀਆਂ ਸੰਗਤਾਂ ਦਾ, ਜਿਨ੍ਹਾਂ ਦੇ ਐਫਰਟ ਸਦਕਾ ਇਹ ਅਸੀਂ ਦੇਖ ਰਹੇ ਹਾਂ ਪਰਿਵਰਤਨ, ਕਿ ਘਰ ਘਰ ਦੇ ਵਿੱਚ ਗੁਰੂ ਦੀ ਬਾਣੀ ਨੂੰ ਨੇਚਰ ਦੇ ਨਾਲ ਜੋੜ ਕੇ ਬੱਚਿਆਂ ਨਾਲ ਸਾਂਝਾ ਕੀਤਾ ਜਾ ਰਿਹਾ। ਵੱਡੇ ਆਪਸ 'ਚ ਸਮਝਾ ਰਹੇ ਨੇ ਇੱਕ ਦੂਜੇ ਨੂੰ ਵੀ ਅਸੀਂ ਖੁਦ ਐਫਰਟ ਕਰੀਏ ਵੀ ਸਾਡੇ ਵਾਤਾਵਰਣ ਦੇ ਵਿੱਚ ਜੋ ਅਸੀਂ ਕਮੀਆਂ ਪਾਈਆਂ, ਜਾਂ ਜਿੱਥੇ ਅਸੀਂ ਪਾਰਟ ਪਲੇਅ ਕਰ ਸਕਦੇ ਹਾਂ, ਅਸੀਂ ਸਰਕਾਰ ਨਹੀਂ ਪਰ ਆਮ ਬੰਦਾ, ਗੁਰੂ ਕਾ ਸਿੱਖ ਬਹੁਤ ਕੁਛ ਕਰ ਸਕਦਾ। ਘਰਾਂ ਵਿੱਚ ਪਾਣੀ ਬਚਾਉਣ ਤੋਂ ਲੈ ਕੇ ਅਸੀਂ ਬਾਹਰ ਜਿਹੜਾ ਕੂੜਾ ਫੈਲਾ ਸਕਦੇ ਹਾਂ, ਆਪਣੇ ਨਗਰ ਉਹਨੂੰ ਬਚਾਈਏ, ਨਗਰ ਕੀਰਤਨਾਂ ਦੇ ਵਿੱਚ ਪਰਿਵਰਤਨ ਕਰੀਏ, ਗੁਰੂ ਘਰਾਂ ਦੇ ਵਿੱਚ ਪਾਣੀ ਦੀ ਵਰਤੋਂ ਦੀ ਸੰਭਾਲ ਕਰੀਏ, ਉੱਥੇ ਲਾਈਟ ਦੀ ਵਰਤੋਂ ਦੀ ਸੰਭਾਲ ਕਰੀਏ, ਰੇਨ ਵਾਟਰ ਹਾਰਵੈਸਟਿੰਗ, ਸੋਲਰ ਸਿਸਟਮ। ਸੋ ਗੁਰੂ ਕਾ ਸਿੱਖ ਉਹ ਤਾਂ ਕਰ ਸਕਦਾ, ਉਹਦੀ ਸਰਕਾਰ ਦੀ ਕੋਈ ਮਜਬੂਰੀ ਨਹੀਂ ਹੈ, ਆਪਾਂ ਨੂੰ ਕੋਈ ਬਹਾਨਾ ਨਹੀਂ, ਕੋਈ ਗੱਲ ਨਹੀਂ। ਮੇਰਾ ਖਿਆਲ ਸੰਗਤਾਂ ਨੇ ਇਸ ਗੱਲ ਨੂੰ ਫੀਲ ਕੀਤਾ ਅਤੇ ਬਹੁਤ ਗੁਰਦੁਆਰਿਆਂ ਨੇ ਉੱਦਮ ਕੀਤਾ ਜੀ। ਦੁਬਈ ਦੇ ਵਿੱਚ ਜਿਹੜਾ ਗੁਰੂ ਨਾਨਕ ਦਰਬਾਰ ਹੈ, ਬੜੇ ਵੱਡੇ ਪੱਧਰ 'ਤੇ ਅੱਜ ਉੱਥੇ ਦਿਵਸ ਮਨਾਇਆ ਜਾ ਰਿਹਾ, ਵੱਡੀ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ ਬੂਟਿਆਂ ਦੀ, ਹਰਬਲ ਪਲਾਂਟਸ ਦੀ, ਜੋ ਨੌਲਖਾ ਬਾਗ ਦੇ ਵਿੱਚ ਹੁੰਦੇ ਸਨ। ਲਾਈਕ ਕਨੈਕਟਿੰਗ ਗੁਰੂ ਦੇ ਟਾਈਮ ਨੂੰ ਅੱਜ ਵੀ ਕਨੈਕਟ ਕੀਤੇ, ਸੰਗਤ ਨੂੰ ਦੱਸ ਰਹੇ ਨੇ ਵੀ ਗੁਰੂ ਜੀ ਨੇ ਬੂਟਿਆਂ ਨਾਲ ਪ੍ਰੇਮ ਕੀਤਾ ਅਤੇ ਸਾਡਾ ਨਾਤਾ, ਗੁਰੂ ਜੀ ਨੇ ਬੂਟੇ ਵੰਡੇ ਸਾਡਾ ਨਾਤਾ, ਗੁਰੂ ਜੀ ਨੇ ਪਾਣੀ ਦੀ ਸੰਭਾਲ ਦਾ ਸੰਦੇਸ਼ ਦਿੱਤਾ ਸਾਡਾ ਨਾਤਾ, ਗੁਰੂ ਜੀ ਨੇ ਹਿਰਨਾਂ, ਵਣ ਜੀਵਾਂ ਦਾ, ਮਧੂ ਮੱਖੀਆਂ, ਪਸ਼ੂ ਪੰਖੀਆਂ ਦਾ, ਸਾਰਿਆਂ ਦੀ ਸੰਭਾਲ ਕੀਤੀ, ਸਾਡਾ ਫਰਜ਼ ਹੈ ਜੋ ਗੁਰੂ ਨੇ ਕੀਤਾ। ਸੋ ਬੜੀ ਵੱਡੀ ਪਹਿਲ ਹੈ ਜੀ, ਬੜੀ ਵੱਡੀ ਪਹਿਲ ਹੋਈ ਹੈ ਅਤੇ ਬੜਾ ਸੋਹਣਾ ਸੰਗਤਾਂ ਵੱਲੋਂ ਹੁੰਗਾਰਾ ਮਿਲ ਰਿਹਾ। ਸੋ ਬਹੁਤ ਖੁਸ਼ੀ ਹੈ ਇਸ ਗੱਲ ਦੀ ਕਿ ਸਾਨੂੰ ਇਸ ਗੱਲ ਦਾ ਫਿਰ ਇੱਕ ਵਾਰੀ ਦੁਬਾਰਾ ਸਤਿਗੁਰਾਂ ਨੇ ਅਹਿਸਾਸ ਕਰਵਾਇਆ ਕਿ ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲੱਖਿਆ। ਸੋ ਇਸ ਕੁਦਰਤ ਦੇ ਵਿੱਚ, ਇਹਨਾਂ ਬਾਗਾਂ ਦੇ ਵਿੱਚ, ਇਹਨਾਂ ਪੇੜ ਪੌਦਿਆਂ ਦੇ ਵਿੱਚ ਆਖਰ ਉਹਦੀ ਅੰਸ਼ ਕੰਮ ਕਰ ਰਹੀ ਹੈ, ਉਹ ਵਸ ਰਿਹਾ। ਸੋ ਕਿਉਂ ਨਾ ਇਸ ਦੇ ਨਾਲ ਪਿਆਰ ਕਰੀਏ ਅਤੇ ਪਿਆਰ ਦੀ ਪੀਂਘ ਅੱਗੇ ਵੀ ਜਾਰੀ ਰਹੇ। ਸੋ ਗੁਰੂ ਹਰ ਰਾਏ ਸਾਹਿਬ ਜੀ ਦੇ ਇਸ ਨੌਲੱਖੇ ਬਾਗ, ਗੁਰੂ ਕੇ ਬਾਗ ਦੀ ਜਿਹੜੀ ਕਾਰ ਸੇਵਾ, ਜਿਨ੍ਹਾਂ ਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਸਰਦਾਰ ਮਨਜੀਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ, ਜੋ ਕਿ ਸ਼੍ਰੀ ਗੰਗਾ ਨਰਸਰੀ ਜ਼ੀਰਕਪੁਰ ਦੇ ਰਾਹੀਂ ਇਹ ਸਾਰੀ ਸੇਵਾ ਨੂੰ ਨਿਭਾ ਰਹੇ ਨੇ। ਅਤੇ ਅਸੀਂ ਚਾਹੁੰਦੇ ਹਾਂ ਕਿ ਅੱਜ ਦਾ ਇਹ ਬੜਾ ਇਤਿਹਾਸਿਕ ਦਿਨ ਹੈ ਅਤੇ ਪੂਰੇ ਵਿਸ਼ਵ ਦੀਆਂ ਸੰਗਤਾਂ
ਸੰਗਤ ਟੀ ਵੀ ਦੇ ਜ਼ਰੀਏ ਇਸ ਦਿਹਾੜੇ ਨਾਲ ਇਸ ਵੇਲੇ ਜੁੜੀਆਂ ਹੋਈਆਂ ਨੇ ਅਤੇ ਇਸ ਬਾਗ ਦੇ ਸੰਬੰਧੀ ਥੋੜ੍ਹੀ ਜਿਹੀ ਜਾਣਕਾਰੀ ਤੁਸੀਂ ਸਾਡੇ ਨਾਲ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਸ ਪਾਵਨ ਸਥਾਨ ਦੇ ਆਪ ਜੀ ਸੰਗਤਾਂ ਦਰਸ਼ਨ ਕਰ ਰਹੀਆਂ, ਇਹ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਚਰਨ ਛੋਹ ਪ੍ਰਾਪਤ ਬਾਗ ਹੈ, ਨੌਲੱਖਾ ਬਾਗ। ਨੌਲੱਖਾ ਰੁਤਬਾ ਹੈ, ਜਿਵੇਂ ਆਪਾਂ 5-star ਹੋਟਲ ਕਹਿੰਦੇ ਹਾਂ, 7-star ਹੋਟਲ ਕਹਿੰਦੇ, ਨੌਲੱਖਾ ਰੁਤਬਾ ਹੈ, ਯਾਨੀ ਬੇਸ਼ਕੀਮਤੀ ਬਾਗ। ਇਸ ਦੇ ਮੁਕਾਬਲੇ ਦਾ ਉਸ ਸਮੇਂ ਸੰਸਾਰ 'ਚ ਕੋਈ ਬਾਗ ਨਹੀਂ ਸੀ। ਇਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਹਰਬਲ ਪਲਾਂਟਸ, ਜਿਨ੍ਹਾਂ ਦੀ ਦਵਾਈਆਂ ਵੱਲੋਂ ਇਸਤੇਮਾਲ ਹੁੰਦੇ ਸਨ, ਗੁਰੂ ਹਰ ਰਾਏ ਸਾਹਿਬ ਜੀ ਨੇ ਇਸ ਵਿੱਚ ਉਗਾਏ ਸੀ, ਖਾਸ ਕਰਕੇ ਲੌਂਗ ਬਹੁਤ ਖਾਸ ਕਿਸਮ ਦਾ, ਹਰੜ ਬਹੁਤ ਖਾਸ ਕਿਸਮ ਦੀ। ਜਿਹੜੇ ਦਾਰਾ ਸ਼ਿਕੋਹ ਨੂੰ ਜਦੋਂ ਬਿਮਾਰ ਰਹਿੰਦਾ ਸੀ, ਇਸ ਬਾਗ ਵਿੱਚੋਂ ਦਾ ਇਲਾਜ ਹੋਇਆ, ਇਸ ਬਾਗ ਵਿੱਚੋਂ ਉਹ ਖਾਸ ਕਿਸਮ ਦਾ ਹਰੜ ਅਤੇ ਉਸ ਖਾਸ ਕਿਸਮ ਦਾ ਲੌਂਗ ਪ੍ਰਾਪਤ ਹੋਇਆ ਅਤੇ ਉਹਨੂੰ ਆਰਾਮ ਆਇਆ। ਬਾਅਦ 'ਚ ਸਤਿਗੁਰੂ ਗੁਰੂ ਹਰ ਰਾਏ ਸਾਹਿਬ ਜੀ ਦੇ ਚਰਨਾਂ 'ਚ ਆ ਕੇ ਸ਼ੁਕਰਾਨੇ ਵਜੋਂ ਹਾਜ਼ਰ ਵੀ ਹੋਇਆ। ਅਤੇ ਇਹ 350 ਸਾਲ ਪੁਰਾਣਾ ਬਾਗ, ਬਹੁਤ ਹੀ ਮਹੱਤਤਾ ਰੱਖਦਾ ਹੈ ਸਿੱਖ ਧਰਮ ਅੰਦਰ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਤੋਂ ਲੈ ਕੇ ਗੁਰੂ ਕਲਗੀਧਰ ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਤੱਕ 5 ਸਤਿਗੁਰਾਂ ਦੇ ਇੱਥੇ ਚਰਨ ਪਏ ਹੈ। ਸਤਿਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਆਪਣੇ ਗੁਰਦੇਵ ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਇਸ ਬਾਗ 'ਚ ਸੈਰ ਕਰਦੇ ਸੀ। ਆਪਾਂ ਬਹੁਤ ਵਾਰੀ ਇਹ ਇਤਿਹਾਸ ਸੁਣਿਆ ਹੋਣਾ ਕਿ ਕਿਵੇਂ ਇੱਥੇ ਸੈਰ ਕਰਦਿਆਂ ਗੁਰੂ ਹਰ ਰਾਏ ਸਾਹਿਬ ਜੀ ਬਹੁਤ ਬਚਪਨ 'ਚ ਛੋਟੀ ਅਵਸਥਾ ਵਿੱਚ ਸਨ, ਗੁਰਦੇਵ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨਾਲ ਸੈਰ ਕਰਦਿਆਂ ਇੱਕ ਫੁੱਲ ਟੁੱਟਿਆ ਸੀ ਅਤੇ ਸਤਿਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਨੇ ਬਚਨ ਕੀਤਾ ਸੀ ਵੀ ਚੋਲਾ ਸਮੇਟ ਕੇ ਚੱਲਿਆ ਕਰੋ ਜੇ ਫੁੱਲ ਟੁੱਟਦਾ, ਹੁਣ ਦੁੱਖ ਲੱਗਦਾ। ਅਤੇ ਸਾਰੀ ਤਾਹ ਜ਼ਿੰਦਗੀ ਸਤਿਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਤਿਗੁਰਾਂ ਦਾ ਦਾਦਾ ਜੀ ਦਾ ਹੁਕਮ ਮੰਨਿਆ ਅਤੇ ਸ਼ਾਦੀ ਵਿਆਹ ਸ਼ਾਦੀ ਹੋ, ਆਨੰਦ ਕਾਰਜ ਹੋ ਗਏ, ਬੱਚੇ ਹੋ ਗਏ। ਉਸ ਤੋਂ ਬਾਅਦ ਵੀ ਸਤਿਗੁਰੂ ਹਰ ਰਾਏ ਸਾਹਿਬ ਜੀ ਚੋਲਾ ਇਸ ਤਰ੍ਹਾਂ ਸਮੇਟ ਕੇ ਚੱਲਦੇ ਰਹੇ ਅਤੇ ਇੰਨੇ ਆਗਿਆ 'ਚ ਰਹੇ ਹੈ ਅਤੇ ਇੰਨਾ ਵੱਧ ਫੁੱਲਾਂ ਨਾਲ, ਸ੍ਰਿਸ਼ਟੀ ਨਾਲ, ਵਾਤਾਵਰਨ ਨਾਲ ਇੰਨਾ ਪਿਆਰ ਸੀ ਸਤਿਗੁਰੂ ਹਰ ਰਾਏ ਸਾਹਿਬ ਜੀ ਦਾ, ਬਲਕਿ ਪੇੜ ਪੌਦਿਆਂ ਨਾਲ ਹੀ ਨਹੀਂ, ਸਮਾਜਿਕ ਜਿੰਨੇ ਸਾਡੇ ਜੀਵ ਜੀਆ ਜੰਤ, ਜਿੰਨਾ 84 ਲੱਖ ਪਸ਼ੂ ਪੰਛੀ ਜਿਹੜੇ ਜੰਗਲਾਂ ਵਿੱਚ ਬਿਮਾਰ ਹੋ ਜਾਂਦੇ ਸੀ ਜਾਂ ਕਿਸੇ ਤਰ੍ਹਾਂ ਜ਼ਖਮੀ ਹੋ ਜਾਂਦੇ ਸੀ, ਉਹਨਾਂ ਨੂੰ ਚੁੱਕ ਕੇ ਪਸ਼ੂਆਂ ਪੰਛੀਆਂ ਨੂੰ ਲਿਆ ਕੇ ਉਹਨਾਂ ਦਾ ਵੀ ਇੱਥੇ ਬਾਗ ਵਿੱਚ ਉਹਨਾਂ ਦਾ ਵੀ ਇਲਾਜ ਕਰਦੇ ਸੀ ਗੁਰੂ ਹਰ ਰਾਏ ਸਾਹਿਬ ਜੀ। ਬਹੁਤ ਹੀ ਕੋਮਲ ਚਿੱਤ ਸਤਿਗੁਰੂ ਹਰ ਰਾਏ ਸਾਹਿਬ ਜੀ, ਬਹੁਤ ਕੋਮਲ ਚਿੱਤ ਸਨ, ਕਿਸੇ ਦਾ ਦੁੱਖ ਦਰਦ ਨਹੀਂ ਵੇਖ ਸਕਦੇ ਸੀ। ਇਸ ਬਾਗ 'ਚ ਜੇ ਇਹਨੂੰ ਆਪਾਂ ਇਹ ਕਹਿ ਲਈਏ ਵੀ ਗੁਰੂ ਹਰ ਰਾਏ ਸਾਹਿਬ ਜੀ ਨੇ ਉਸ ਪੰਗਤੀ ਨੂੰ ਸਾਰਥਕ ਕੀਤਾ, ਮੇਰਾ ਵੈਦ ਗੁਰੂ ਗੋਬਿੰਦ ਦਾ, ਬਿਲਕੁਲ ਆਪ ਜੀ ਦਰਸ਼ਨ ਕਰ ਰਹੇ ਹੋ ਨਾ ਜਿਸ ਸਥਾਨ ਦੇ ਪਿੱਛੇ ਇਹ ਗੁਰਦੁਆਰਾ ਹਰਿਮੰਦਰ ਸਾਹਿਬ, ਇੱਥੇ ਬੈਠ ਕੇ ਸਤਿਗੁਰੂ ਜੀ ਤਪੱਸਿਆ ਕਰਦੇ ਸੀ ਅਤੇ ਇੱਥੇ ਬੈਠ ਕੇ ਦਵਾਈਆਂ ਬਣਾਉਂਦੇ ਸੀ ਅਤੇ ਵੈਦ ਬਣ ਕੇ ਸੰਗਤ ਦੀ ਸੇਵਾ ਕਰਦੇ ਸੀ ਅਤੇ ਫਰੀ ਸਾਰੀ ਸੇਵਾ ਹੁੰਦੀ ਸੀ ਸੰਗਤ ਦੀ ਵੀ, ਪਸ਼ੂਆਂ ਪੰਛੀਆਂ ਦੀ, ਜਾਨਵਰਾਂ ਦੀ। ਬਹੁਤ ਕੋਮਲ ਚਿੱਤ ਸਨ ਗੁਰੂ ਹਰ ਰਾਏ ਸਾਹਿਬ ਜੀ। ਸਾਰਾ ਬਚਪਨ ਸਤਿਗੁਰੂ ਹਰ ਰਾਏ ਸਾਹਿਬ ਜੀ ਦਾ, ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਸ ਬਾਗ ਵਿੱਚ ਬਤੀਤ ਹੋਇਆ। ਜਰਾ ਜਰਾ ਇਸ ਬਾਗ ਦਾ ਇੱਕ ਇੱਕ ਕਣ ਜਿਹੜਾ ਹੈ ਉਹ ਅੱਜ ਵੀ ਗਵਾਹੀ ਭਰਦਾ ਵੀ ਮੈਂ ਇਸ ਮੇਰੇ ਇਸ ਧਰਤੀ 'ਤੇ, ਮੇਰੀ ਪਿੱਠ 'ਤੇ ਛੋਟੇ ਛੋਟੇ ਚਰਨ ਕਮਲ ਗੁਰੂ ਹਰ ਰਾਏ ਸਾਹਿਬ ਜੀ ਦੇ, ਗੁਰੂ ਹਰ ਸਾਹਿਬ ਜੀ ਦੇ ਉਹ ਗਵਾਹੀ ਦਿੰਦੇ ਤਾਂ ਇੱਕ ਇੱਕ ਕਣ ਕਣ ਦੱਸਦਾ ਹੈ। ਬਿਲਕੁਲ, ਇਸ ਮਿੱਟੀ ਦਾ ਜ਼ਰਾ ਜ਼ਰਾ ਜਿਹੜਾ ਉਹ ਸੱਚਮੁੱਚ ਪਵਿੱਤਰ ਅਤੇ ਪੁਨੀਤ ਹੋ ਚੁੱਕਾ, ਕਿਉਂਕਿ ਗੁਰੂ ਸਾਹਿਬਾਨ ਦੇ ਇੱਥੇ ਚਰਨ ਪਏ ਨੇ ਅਤੇ ਸਾਡੀਆਂ ਮਾਤਾਵਾਂ ਨੇ ਇਸ ਬਾਗ ਦੇ ਵਿੱਚ ਪਤਾ ਨਹੀਂ ਕਿੰਨੀ ਵਾਰੀ ਚਰਨ ਪਾਏ ਹੋਣਗੇ, ਕਿਉਂਕਿ ਜਿਵੇਂ ਕਿ ਆਪ ਜੀ ਨੇ ਸਾਡੇ ਨਾਲ ਪਹਿਲਾਂ ਸਾਂਝ ਪਾਈ ਸੀ ਕਿ ਗੁਰੂ ਸਾਹਿਬ ਦਾ ਕਿਚਨ ਗਾਰਡਨ ਦੇ ਤੌਰ ਦੇ ਉੱਤੇ ਵੀ ਬਿਲਕੁਲ ਨਾਲ ਗੁਰੂ ਕੇ ਮਹਿਲ ਸਨ, ਸੋ ਉਹ ਥੋੜ੍ਹਾ ਜਿਹਾ ਉਹ ਇਤਿਹਾਸ ਵੀ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਦੇਖੋ ਇਹ ਬਿਲਕੁਲ ਸਤਿਗੁਰਾਂ ਦੇ ਜਿਹੜੇ ਮਹਿਲ, ਸ਼ੀਸ਼ ਮਹਿਲ ਜਿਹਨੂੰ ਗੁਰਦੁਆਰਾ ਸ਼ੀਸ਼ ਮਹਿਲ, ਜਿੱਥੇ ਸਤਿਗੁਰੂ ਹਰ ਰਾਏ ਸਾਹਿਬ ਜੀ ਦਾ ਅਤੇ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਪ੍ਰਕਾਸ਼ ਸਥਾਨ ਹੈ, ਬਿਲਕੁਲ ਸਾਹਮਣੇ ਦਰਸ਼ਨ ਹੋ ਰਹੇ ਹਨ। ਇੱਥੇ ਸਾਡੀਆਂ ਮਾਤਾਵਾਂ, ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ, ਮਾਤਾ ਦਮੋਦਰੀ ਜੀ, ਮਾਤਾ ਸਾਰੀਆਂ ਮਾਤਾਵਾਂ ਸਾਡੀਆਂ, ਉਹ ਇੱਥੇ ਆਪਣੇ ਸਾਰੇ ਪਰਿਵਾਰ ਦੇ ਨਾਲ, ਗੁਰੂ ਹਰਗੋਬਿੰਦ ਸਾਹਿਬ ਦਾ ਸਾਰਾ ਪਰਿਵਾਰ ਬਹੁਤ ਵੱਡਾ ਪਰਿਵਾਰ ਸੀ, ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਨਾਲ ਸਨ, ਬਾਬਾ ਗੁਰਦਿੱਤਾ ਜੀ, ਸਾਡੇ ਪੂਜਨਿਕ ਮਾਤਾ ਗੁਰਦੇਵ ਮਾਤਾਵਾਂ। ਅਤੇ ਇਹ ਇੱਕ ਕਿਚਨ ਗਾਰਡਨ ਵੱਲੋਂ ਵਜੋਂ ਵੀ ਇਹਦੇ ਵਿੱਚ, ਜਿਵੇਂ ਕਿਚਨ ਗਾਰਡਨ 'ਚ ਸਾਨੂੰ
ਧਨੀਆ, ਮੇਥੀ, ਪਾਲਕ, ਹੋਰ ਇਸ ਤਰ੍ਹਾਂ ਦੀਆਂ ਹਰੀ ਮਿਰਚ ਵਗੈਰਾ, ਰੋਜ਼ਮਰ੍ਹਾ ਦੀਆਂ ਚੀਜ਼ਾਂ ਸਾਨੂੰ ਚਾਹੀਦੀਆਂ ਹੁੰਦੀਆਂ, ਉਹ ਵੀ ਇਹਦੇ ਵਿੱਚ ਉਗਾਈਆਂ ਹੁੰਦੀਆਂ ਸੀ। ਅਤੇ ਮਾਤਾ ਜੀ ਖੁਦ ਬੱਚਿਆਂ ਦੇ ਨਾਲ, ਗੁਰੂ ਸਾਹਿਬਾਂ ਦੇ ਨਾਲ ਇਸ ਬਾਗ ਵਿੱਚ ਸੈਰ ਕਰਦੇ, ਅਕਸਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਰੋਜ਼ਾਨਾ ਇਸ ਬਾਗ ਦੀ ਸੈਰ ਕਰਦੇ ਸਨ। ਗੁਰੂ ਬਾਲ ਗੁਰੂ ਹਰ ਰਾਏ ਸਾਹਿਬ ਜੀ ਦੇ ਨਾਲ ਇਸ ਬਾਗ ਦੇ ਵਿੱਚ ਸੈਰ ਕਰਨੀ ਅਤੇ ਆਪ ਇਹਦੀ ਦੇਖਭਾਲ ਗੁਰੂ ਹਰ ਰਾਏ ਸਾਹਿਬ ਜੀ ਕਰਾਉਂਦੇ ਰਹੇ, ਮਸ਼ਕਾਂ ਭਰ ਭਰ ਕੇ ਬੂਟਿਆਂ ਨੂੰ ਪਾਣੀ ਪਾਉਣਾ, ਪੇੜ ਪੌਦਿਆਂ ਦੀ ਦੇਖਭਾਲ ਕਰਨੀ। 350 ਸਾਲ ਪਹਿਲਾਂ ਵੀ, ਅੱਜ ਸਾਡੇ ਕੋਲ ਬਹੁਤ ਸਾਰੀਆਂ ਲੈਬੋਰਟਰੀਆਂ ਜਿੱਥੇ ਅਸੀਂ ਵਾਈਅਰ ਦੂਰੋਂ ਦੂਰੋਂ ਪੌਦੇ ਲਿਆ ਕੇ ਅਸੀਂ ਪਲਾਂਟ ਕਰ ਸਕਦੇ ਹਾਂ। ਕੰਟਰੋਲਡ ਸਾਡੇ ਕੋਲ ਵਾਤਾਵਰਨ ਹੈਗਾ, ਪੋਲੀ ਹਾਊਸ ਹੈਗੇ ਹਾਂ, ਅਸੀਂ ਹਰ ਤਰ੍ਹਾਂ ਦੇ ਪੌਦੇ ਤਿਆਰ ਕਰ ਸਕਦੇ ਹਾਂ, ਬਚਾ ਸਕਦੇ ਹਾਂ। ਪਰ ਆਪਾਂ ਇਮੈਜਿਨ ਕਰੀਏ ਜੇ ਉਸ ਵੇਲੇ ਗੁਰੂ ਹਰ ਰਾਏ ਸਾਹਿਬ ਜੀ ਨੇ ਇੱਥੇ ਲੌਂਗ ਦਾ ਪੌਦਾ ਕਿਵੇਂ ਤਿਆਰ ਕੀਤਾ ਹੋਊਗਾ, ਕਿੱਥੋਂ ਉਹਦੀ ਪੌਦ ਲੈ ਕੇ ਆਏ ਹੋਣਗੇ, ਮਤਲਬ ਬਹੁਤ ਹੀ ਆਪਣੇ ਆਪ ਵਿੱਚ ਬੜੀ ਅਚੰਭੇ ਵਾਲੀ ਗੱਲ ਹੈ ਅਤੇ ਬੜੀ ਤਸੱਲੀ ਵਾਲੀ ਗੱਲ ਹੈ। ਬੜਾ ਨੌਲੱਖਾ ਬਾਗ, ਜਿਵੇਂ ਸਾਡੇ ਨਾਲ ਸਰਦਾਰ ਮਨਜੀਤ ਸਿੰਘ ਨੇ ਗੱਲ ਕੀਤੀ ਕਿ ਰੁਤਬਾ ਸੀ ਇਸ ਬਾਗ ਦਾ, ਅਤੇ ਖਾਸ ਤੌਰ 'ਤੇ ਕਿਉਂਕਿ ਇਹਦੇ ਵਿੱਚ ਜੜੀਆਂ ਬੂਟੀਆਂ ਵੀ ਸੀ, ਹਰਬਲ ਪਲਾਂਟਸ ਵੀ, ਜਿਨ੍ਹਾਂ ਨੂੰ ਅੱਜ ਕੱਲ੍ਹ ਮੈਡੀਸਨ ਪਲਾਂਟ ਆਪਾਂ ਕਹਿੰਦੇ ਹਾਂ ਜ਼ਿਆਦਾਤਰ, ਉਹ ਵੀ ਇੱਥੇ ਮੌਜੂਦ ਸੀ, ਫਲਾਂ ਦੇ ਪੌਦੇ ਵੀ, ਅਤੇ ਅੱਜ ਵੀ ਕੁਝ ਉਸੇ ਰੂਪ ਦੇ ਵਿੱਚ ਇਹਨੂੰ ਵਿਕਸਿਤ ਕੀਤਾ ਜਾ ਰਿਹਾ। ਇੱਕ ਪਾਸੇ ਹਰਬਲ ਗਾਰਡਨ ਹੈ, ਦੂਸਰੇ ਪਾਸੇ ਜੋ ਹੈ ਫਲਾਂ ਦੇ ਬਾਗ ਲੱਗੇ ਹੋਏ ਨੇ। ਇਹ ਵੱਖ ਵੱਖ ਤਰ੍ਹਾਂ ਦੇ ਫਲ ਜਿਹੜੇ ਇਸ ਖੇਤਰ ਦੇ ਵਿੱਚ ਹੋ ਸਕਦੇ ਨੇ, ਉਹਨਾਂ ਦੇ ਬਾਗ ਬਕਾਇਦਾ ਅਸੀਂ ਇੱਥੇ ਦੇਖ ਸਕਦੇ ਹਾਂ। ਅਤੇ ਦੂਸਰੇ ਪਾਸੇ ਜਿਵੇਂ ਆਪਾਂ ਪਹਿਲਾਂ ਦਰਸ਼ਨ ਕੀਤੇ ਨੇ ਕਿ ਇੱਥੇ ਪੂਰਾ ਇੱਕ ਪਾਰਕ ਬਣੀ ਹੋਈ ਹੈ ਬੜੀ ਸੋਹਣੀ, ਅਤੇ ਬੜੇ ਮਨਮੋਹਣੇ ਉੱਥੇ ਫੁੱਲ ਜਿਹੜੇ ਨੇ ਉਹ ਲੱਗੇ ਹੋਏ ਨੇ, ਬੂਟੇ ਲੱਗੇ ਹੋਏ ਨੇ। ਸੋ ਇਹ ਸਾਰੀ ਜਿਹੜੀ ਡਿਵੈਲਪਮੈਂਟ ਜਿਹੜੀ ਆ ਇਸ ਅਸੀਂ ਦੇਖ ਰਹੇ ਹਾਂ ਅੱਜ, ਇਹਦੇ ਬਾਰੇ ਥੋੜ੍ਹਾ ਦੱਸੋ ਕਿੰਨੇ ਕੁ ਟਾਈਮ ਦੇ ਵਿੱਚ ਹੋਈ ਅਤੇ ਕੀ ਤੁਹਾਡੇ ਅੱਗੇ ਕੀ ਪ੍ਰਯੋਜਨਾ ਜੀ? ਪਹਿਲਾਂ 4-5 ਸਾਲ ਪਹਿਲਾਂ ਬਹੁਤ ਹੀ ਮਹਿਸੂਸ ਹੁੰਦਾ ਸੀ ਵੀ ਬਾਗ ਦਾ ਨਾਮੋ ਨਿਸ਼ਾਨ ਜਿਵੇਂ ਨਹੀਂ ਰਹੇਗਾ, ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਨੇ ਦਾਸ ਦੀ ਇਹ ਸੇਵਾ ਲਾਈ, ਮਤਾ ਪਾ ਕੇ ਪ੍ਰਧਾਨ ਸਾਹਿਬ ਨੇ ਇਹਦੀ ਸੇਵਾ ਬਖਸ਼ੀ 31 ਜਨਵਰੀ 2008 ਨੂੰ ਗੁਰੂ ਹਰ ਰਾਏ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ। 31 ਜਨਵਰੀ 2008 ਤੋਂ ਲਗਾਤਾਰ ਦਾਸ ਇਹਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਡਮੁੱਲੇ ਸਹਿਯੋਗ ਦੇ ਨਾਲ ਇਹਦੀ ਸੇਵਾ ਨਿਭਾ ਰਹੇ ਹੈ, ਅਤੇ ਬਹੁਤ ਤਰ੍ਹਾਂ ਤਰ੍ਹਾਂ ਦੇ ਦੇਸ਼ਾਂ ਤੋਂ ਵਿਦੇਸ਼ਾਂ ਤੋਂ ਬੇਸ਼ਕੀਮਤੀ ਪੌਦੇ, ਜਿਹੜੇ ਦੁਰਲੱਭ ਪ੍ਰਜਾਤੀਆਂ ਜਿਹੜੀਆਂ ਲੁਪਤ ਹੋ ਰਹੀਆਂ, ਉਹ ਵੀ ਇੱਥੇ ਲਿਆ ਕੇ ਅਸੀਂ ਪਲਾਂਟ ਕਰ ਰਹੇ ਹਾਂ। ਅਤੇ ਇਹ ਪੰਜ ਸਾਲ 'ਚ ਸਾਰਾ ਬਾਗ ਜਿਹੜਾ ਆਪਾਂ ਦਰਸ਼ਨ ਕਰਦੇ ਹਾਂ, ਇਸ ਪਾਵਨ ਬਾਗ ਦੀ ਇਹ ਜਿਹੜੀ ਸੇਵਾ ਸੰਭਾਲ ਹੋ ਰਹੀ ਹੈ, ਅਤੇ ਮੇਰੇ ਹਿਸਾਬ ਨਾਲ ਅਜੇ ਹੋਰ ਬਹੁਤ ਕੁਛ ਹੋਣਾ ਅਜੇ ਬਾਕੀ ਹੈ। ਅਤੇ ਬਹੁਤ ਸਹਿਯੋਗ ਮਿਲ ਰਿਹਾ ਸਾਨੂੰ ਇੱਥੇ ਦੇ ਮੈਨੇਜਰ ਸਾਹਿਬ ਸਰਦਾਰ ਸੁਖਵਿੰਦਰ ਸਿੰਘ ਗਰੇਵਾਲ ਹੋਰੀ, ਉਹਨਾਂ ਨੂੰ ਬੜਾ ਸ਼ੌਂਕ ਹੈ। ਸਿੰਘ ਸਾਹਿਬ ਜੀ ਅੱਜ ਆਪ ਜੀ ਨੇ ਸਵੇਰੇ ਵੀ ਬਚਨ ਸੁਣਿਆ, ਹੁਣ ਉਹ ਸਿੰਘ ਸਾਹਿਬ ਜੀ ਕਹਿੰਦੇ ਪਏ ਆਪਣੇ ਕੇਸਗੜ੍ਹ ਸਾਹਿਬ ਦੀ, ਤਖ਼ਤ ਸਾਹਿਬ ਦੀ ਵੀ ਸੇਵਾ ਕਰਾਉਣ ਲਈ ਹੁਕਮ ਕਰਿਆ, ਪਤਾਲਪੁਰੀ ਸਾਹਿਬ ਨੂੰ ਵੀ ਸੁੰਦਰ ਬਣਾਉਣ ਦਾ ਹੁਕਮ ਕਰਿਆ। ਪਰ ਅਜੇ ਇਸ ਬਾਗ ਦਾ ਵੀ ਹੋਰ ਬਹੁਤ ਕਾਰਜ ਕਰਨ ਵਾਲਾ ਰਹਿੰਦਾ ਹੈ, ਹੋਰ ਅਸੀਂ ਇਹਦੇ 'ਚ ਅਜੇ ਸੇਵਾਵਾਂ ਜਿਹੜੀਆਂ ਤਰ੍ਹਾਂ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਜਿਹੜੀਆਂ ਨਹੀਂ ਅਜੇ ਉੱਗ ਸਕੀਆਂ, ਯਤਨ ਕਰਾਂਗੇ ਆਉਣ ਵਾਲੇ ਸਮੇਂ 'ਚ। ਜਿਵੇਂ ਅੱਜ ਆਪ ਜੀ ਨੇ ਦਰਸ਼ਨ ਕੀਤੇ, ਅੱਜ 40-50 ਦੇ ਕਰੀਬ ਅਸੀਂ ਦਾਲਚੀਨੀ ਦੇ ਬੂਟੇ ਪਲਾਂਟ ਕੀਤੇ ਹੈ, ਸਿੰਘ ਸਾਹਿਬ ਜੀ ਨੇ ਪੌਦਾ ਲਗਾ ਕੇ ਉਹਦੀ ਸ਼ੁਰੂਆਤ ਕੀਤੀ ਹੈ ਹਰਬਲ ਗਾਰਡਨ ਦੇ ਵਿੱਚ। ਅਤੇ ਇਹ ਜਦੋਂ ਦਾਲਚੀਨੀ ਦੇ ਪੌਦੇ ਵੱਡੇ ਹੋ ਜਾਣਗੇ, ਅਤੇ ਮੇਰਾ ਖਿਆਲ 1-2 ਕਿਲੋ ਪੱਤੇ ਦੇ ਜਿਹੜੇ ਆ ਰੋਜ਼ ਕੇਸਗੜ੍ਹ ਸਾਹਿਬ, ਪਤਾਲਪੁਰੀ ਸਾਹਿਬ, ਗੁਰੂ ਕੇ ਲੰਗਰ 'ਚ ਚਾਹ ਲਈ ਜਾਂ ਸਬਜ਼ੀਆਂ ਵਿੱਚ ਇਹਦੇ ਇਸਤੇਮਾਲ ਹੋਇਆ ਕਰਨਗੇ, ਅਤੇ ਮੈਂ ਸਮਝਾਂਗਾ ਫਿਰ ਇਹ ਜਿਹੜੀਆਂ ਸਾਡੀਆਂ ਇਹ ਸੇਵਾਵਾਂ ਸੀ ਜਾਂ ਜਿਹੜਾ ਅਸੀਂ ਕਾਰਜ ਸ਼ੁਰੂ ਕੀਤਾ ਸੀ, ਅਸੀਂ ਉਹਦੇ ਵਿੱਚ ਸਕਸੈਸ ਹੋਏ ਹੈ, ਜਿਹੜੇ ਸਾਡੇ ਯਤਨ ਸੀ ਸਫਲਤਾ ਹੀ ਮਿਲਦੀ ਨਜ਼ਰ ਆਏਗੀ ਜਦ ਸੱਚਮੁੱਚ ਇੱਥੋਂ ਫਿਰ ਇਹ ਕਿਚਨ ਗਾਰਡਨ ਬਣ ਜਾਏਗਾ, ਜਿਵੇਂ ਕਿ ਸਰਦਾਰ ਮਨਜੀਤ ਸਿੰਘ ਜੀ ਨੇ ਸਾਡੇ ਨਾਲ ਪਹਿਲਾਂ ਸਾਂਝ ਪਾਈ ਹੈ ਕਿ ਸੱਚਮੁੱਚ ਫਿਰ ਦੁਬਾਰਾ ਕਿਚਨ ਗਾਰਡਨ ਬਣ ਜਾਏਗਾ, ਗੁਰੂ ਦੇ ਲੰਗਰਾਂ ਦੇ ਵਿੱਚ ਇੱਥੋਂ ਦੀ ਜਿਹੜੀ ਉਪਜ ਹੈ ਉਹਦਾ ਇਸਤੇਮਾਲ ਹੋਏਗਾ। ਸੋ ਇਹ ਬਾਗ ਜਿਹੜਾ ਉਹਦੇ ਅਸੀਂ ਤੁਹਾਨੂੰ ਕੋਸ਼ਿਸ਼ ਕਰ ਰਹੇ ਹਾਂ ਕਿ ਖੁੱਲ੍ਹੇ ਦਰਸ਼ਨ ਦਿਦਾਰੇ ਕਰਵਾਈਏ, ਅਤੇ ਸਰਦਾਰ ਮਨਜੀਤ ਸਿੰਘ ਹੋਰੀ ਜਿਨ੍ਹਾਂ ਨੇ ਕਿ ਬੜੀ ਮਿਹਨਤ ਦੇ ਨਾਲ, ਬੜੀ ਲਗਨ ਦੇ ਨਾਲ ਅਤੇ ਬੜੀ ਸ਼ਰਧਾ ਦੇ ਨਾਲ ਇਸ ਬਾਗ ਦੀ ਜੋ ਤਿਆਰੀ ਕਰਵਾ ਰਹੇ ਨੇ, ਉਹ ਅਸੀਂ ਆਪ ਸਭ ਸੰਗਤਾਂ ਸਾਰੀਆਂ ਤੱਕ ਰਹੀਆਂ ਕਿ ਕਿਵੇਂ ਇਹ ਜਿਹੜੇ ਬੂਟੇ ਨੇ ਉਹਨਾਂ ਦੀ ਪਾਲਣਾ ਪੋਸ਼ਣ ਹੋ ਰਹੀ, ਅਤੇ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਜੀ ਚੰਦ ਸਾਲ ਹੋਏ ਨੇ ਕਿ ਇਹਦੇ ਵੱਲ ਖਿਆਲ ਗਿਆ, ਅਤੇ ਬੜੀ ਬਖੂਬੀ ਇਹਨਾਂ ਵੱਲੋਂ ਇਹ ਸਾਰੀ ਸੇਵਾ ਨਿਭਾਈ ਜਾ ਰਹੀ ਹੈ। ਅਤੇ ਅੱਜ ਕਿਉਂਕਿ ਇਹ ਦਿਹਾੜਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ, ਅਤੇ ਆਪਾਂ ਸਾਰੇ ਇਹਨੂੰ ਸਿੱਖ ਵਾਤਾਵਰਨ ਦਿਵਸ ਦੇ ਤੌਰ 'ਤੇ ਮਨਾ ਰਹੇ ਹਾਂ, ਅਤੇ
ਥੋੜ੍ਹਾ ਜਿਹਾ ਅੱਜ ਮਹਿਸੂਸ ਕਰੀਏ ਕਿ ਐਸੀਆਂ ਹੀ ਕੋਈ ਪਗਡੰਡੀਆਂ ਹੋਣਗੀਆਂ ਜਿੱਥੋਂ ਦੀ ਗੁਰੂ ਹਰ ਰਾਏ ਸਾਹਿਬ ਬਾਲ ਉਮਰ ਵਿੱਚ ਲੰਘ ਰਹੇ ਹੋਣਗੇ ਅਤੇ ਦਾਦਾ ਗੁਰੂ ਜੀ ਨੇ ਜੋ ਉਪਦੇਸ਼ ਦਿੱਤਾ ਉਸ ਉਪਦੇਸ਼ ਨੂੰ ਉਹਨਾਂ ਨੇ ਸਦਾ ਹਿਰਦੇ ਦੇ ਵਿੱਚ ਵਸਾ ਲਿਆ। ਸੋ ਅੱਜ ਇਸ ਦਿਨ ਤੋਂ ਪ੍ਰੇਰਣਾ ਲਈਏ ਅਤੇ ਦੁਨੀਆ ਭਰ ਦੇ ਵਿੱਚ ਵੱਸ ਰਹੇ ਸਾਰੇ ਜੋ ਬਜ਼ੁਰਗ ਨੇ ਜੋ ਦਾਦਾ ਜੀ ਨੇ ਉਹਨਾਂ ਨੂੰ ਅੱਜ ਚਾਹੀਦਾ ਕਿ ਅੱਜ ਆਪਣੇ ਪੋਤਿਆਂ ਨੂੰ ਪੋਤੀਆਂ ਨੂੰ ਐਸਾ ਕੋਈ ਸੰਦੇਸ਼ ਦੇਣ ਕਿ ਅਸੀਂ ਵਾਤਾਵਰਨ ਨੂੰ ਸੰਭਾਲ ਸਕੀਏ, ਅਸੀਂ ਆਪਣੇ ਆਲੇ ਦੁਆਲੇ ਨੂੰ ਸੰਭਾਲ ਸਕੀਏ ਅਤੇ ਇਸ ਕੁਦਰਤ ਦੇ ਕੁਝ ਹੋਰ ਨੇੜੇ ਆ ਸਕੀਏ, ਕਿਉਂਕਿ ਕੁਦਰਤ ਦੇ ਵਿੱਚ ਤੋਂ ਆਪ ਵੱਸ ਰਿਹਾ। ਸੋ ਅੱਜ ਦਾ ਇਹ ਸਾਰਾ ਐਪੀਸੋਡ ਅਸੀਂ ਆਪ ਜੀ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ। ਉਮੀਦ ਹੈ ਕਿ ਆਪ ਜੀ ਵੀ ਸਹਿਯੋਗ ਦਿਓਗੇ ਅਤੇ ਮੁਹਿੰਮ ਹੋਰ ਅੱਗੇ ਵਧੇ। ਸੋ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਨੇ 9914070577 'ਤੇ, ਇੰਡੀਆ ਦਾ ਕੋਡ ਲਗਾ ਕੇ 9914070577, 9914070577, ਇੰਡੀਆ ਦਾ ਨਾਲ ਕੋਡ ਲਗਾ ਕੇ ਤੁਸੀਂ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾ ਸਕਦੇ ਹੋ। ਅਤੇ ਹੁਣ ਇਜਾਜ਼ਤ ਲੈਣੀ ਹੈ ਸਰਦਾਰ ਮਨਜੀਤ ਸਿੰਘ ਜੀ, ਤੁਹਾਡਾ ਧੰਨਵਾਦ ਕਰਦੇ ਹਾਂ, ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।